ਜੀਵਾ ਕਰਦੇ ਸਾਡੇ ਨਾਲ ਖੱਬੇ ਪਾਸੇ ਬੋਹਣਾ ਭਾਜੀ ਬੈਠੇ ਨੇ ਨਾਲ ਬਹਾਦਰ ਸਿੰਘ ਸ਼ੇਰਗਿੱਲ ਅਤੇ ਜਦੋਂ ਉੱਧਰ ਚੱਲਦੇ ਹਾਂ ਆਪਾਂ ਨੌਜਵਾਨ ਜਿਹੜਾ ਖੱਬੇ ਹੱਥ ਸੁਖਵੀਰ ਸਿੰਘ ਉਹਨਾਂ ਦਾ ਦੋਹਤਰਾ ਬਾਬਾ ਮਹਿੰਦਰ ਸਿੰਘ ਮੌੜ ਦਾ ਉਹਨਾਂ ਦੇ ਨਾਲ ਪਿਆਰਾ ਸਿੰਘ ਗਮਟਾਲਾ ਸ਼ੀਰਾ ਔਲਖ ਭਾਜੀ ਬਿੰਦਰ ਮਾਲ ਅਤੇ ਗੁਰਦੇਵ ਸਿੰਘ ਬੋਲਾ ਪੱਤਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੱਲ੍ਹ ਆਪਾਂ ਬਹੁਤ ਸਮਾਂ ਲਾ ਲਈਏ ਕਿਉਂਕਿ ਮੈਨੂੰ ਪਤਾ ਆ ਬਈ ਜੇ ਕਬੱਡੀ ਜਗਤ ਵਿੱਚ ਗੱਲ ਕਰੀਏ ਤਾਂ ਹਰ ਬੰਦੇ ਦਾ ਨੂੰ ਪਤਾ ਸੀ ਮਹਿੰਦਰ ਸਿੰਘ ਮੌੜ ਕੌਣ ਹੈ, ਚਾਹੇ ਨੌਜਵਾਨ ਜੰਪਲ ਇੱਥੇ ਦੇ ਜਿਨ੍ਹਾਂ ਨੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਗਰਾਊਂਡਾਂ ਵਿੱਚ ਦੇਖਿਆ ਜਾਂ ਜਿਹੜੇ ਆ ਮੈਂ ਤਕਰੀਬਨ ਜਿਹੜੇ ਇਸ ਟਾਈਮ ਚੈਨਲ 'ਤੇ ਬੈਠੇ ਨੇ ਮੈਨੂੰ ਲੱਗਦਾ ਇਹ ਤਾਂ ਇਹਨਾਂ 'ਚੋਂ ਇੱਕ ਉਹਨਾਂ ਨੇ ਦੋਹਤੇ ਤੋਂ ਬਗੈਰ ਤਾਂ ਸਾਰੇ ਸ਼ਾਇਦ ਹੋ ਸਕਦਾ ਮੈਂ ਪੁੱਛਿਆ ਤਾਂ ਨਹੀਂ ਇਹ ਬਾਬੇ ਮਹਿੰਦਰ ਸਿੰਘ ਮੌੜ ਦੇ ਬੂਟੇ ਲਾਏ ਨੇ। ਬਾਬੇ ਆਪਾਂ ਮੋਹਣੇ ਭਾਜੀ ਤੋਂ ਸਟਾਰਟ ਕਰਦੇ ਹਾਂ। ਮੋਹਣੇ ਭਾਜੀ ਤੁਸੀਂ ਮੈਨੂੰ ਇੱਥੇ ਤੱਕ ਪਤਾ ਲੱਗਿਆ ਵੀ ਰਿਸ਼ਤਾ ਵੀ ਤੁਹਾਡਾ ਉਹਨਾਂ ਨੇ ਕਰਾਇਆ ਹੋਇਆ, ਪਹਿਲੀ ਵਾਰ ਸੱਦਿਆ ਵੀ ਜਿੱਥੇ ਤੱਕ ਮੈਨੂੰ ਪਤਾ ਉਹਨਾਂ ਨੇ ਤੁਹਾਨੂੰ ਸਿਖਾਇਆ, ਮੈਂ ਕਹਿੰਦਾ ਪਿੰਡ ਵੀ ਤੁਹਾਡਾ ਇੱਕ ਹੈ ਜਾਂ ਲਾਗੇ ਲਾਗੇ ਇਹਦੇ ਇੱਕ ਕਾਲੇ ਸੰਗੇ ਇੱਕੋ ਪੰਜਾਬ ਪਹਿਲਾਂ ਫਿਰ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੁੰਦੇ ਹੋ? ਅਤੇ ਬਸ ਆਪਾਂ ਤਾਂ ਇਹੀ ਕਹਿੰਦੇ ਹਾਂ ਕਿ ਸੱਚੇ ਪਾਤਸ਼ਾਹ ਮਾਤਾ ਜੀ ਉਹਨਾਂ ਨੂੰ ਚਰਨਾਂ 'ਚ ਨਿਵਾਸ ਦੇਵੇ ਤਾਂ ਉਹਨਾਂ ਨੂੰ ਛੇ ਭਾਣਾ ਵਾਸਤੇ ਪਰਿਵਾਰ ਨੂੰ ਅਤੇ ਬਾਕੀ ਮੈਨੂੰ ਅਤੇ ਮੈਂ ਅਤੇ ਕਿਸ਼ਨ ਚੱਕ ਢੱਡਿਆਂ ਦਾ ਦੋਨੇ ਆਏ ਸੀਗੇ ਰਿਪੋਰਟ 'ਚ ਜੀ ਗੁਰਦੁਆਰਾ ਉਦੋਂ ਗੁਰਦੁਆਰੇ ਮੰਗਵਾ ਦੇਖਦੇ ਸੀਗੇ ਸਹਿਜ ਸੀ ਸਾਡਾ ਤਾਂ ਇਹ 'ਚ ਕੋਈ ਸ਼ੱਕ ਨਹੀਂ ਜਿੱਤੇ ਭਾਜੀ ਤੁਹਾਡੇ ਵਰਗੇ ਵੀ ਵਿਆਹ 'ਤੇ ਹਾਂਜੀ ਵਿਆਹ ਹੋ ਗਿਆ ਰਸਤੇ ਹੋ ਕਬੱਡੀ ਨੇ ਵਿਆਹ ਵੈਸੇ ਤਾਂ ਬੜੇ ਕਬੱਡੀ ਜਿੱਦਾਂ ਮੌੜ ਅਤੇ ਕਬੱਡੀ ਦੋ ਨੇ ਮੌੜ ਅਤੇ ਕਬੱਡੀ ਇੱਕੋ ਹੀ ਕਬੱਡੀ ਦੀ ਗੱਲ ਕੀਤੀ ਜਾਂਦੀ ਬਾਬੇ ਮੌੜ ਦੀ ਗੱਲ ਹੋਣੀ ਕਿਤੇ ਵੀ ਕਿਤੇ ਪਾਕਿਸਤਾਨ ਲੈ ਲਓ ਨਾ ਜੇ ਕਬੱਡੀ ਦੀ ਗੱਲ ਚੱਲੂਗੀ ਤਾਂ ਇਹ ਜਿਹੜਾ ਬਾਬੇ ਬੋਰਡ ਦਾ ਖਿਤਾਬ ਇਹ ਵੀ ਪਾਕਿਸਤਾਨ 'ਚੋਂ ਹੀ ਮਿਲਿਆ ਉਹਨਾਂ ਮੇਨ ਜੱਟ ਹੈ ਉਹ ਉਹਨੂੰ ਬਾਹਲਾ ਉਹਦਾ ਮੌੜ ਨਹੀਂ ਸੀ ਕਹਿਣਾ ਉਹ ਗੱਬਰ ਨੂੰ ਗੋਬਰ ਕਹੀ ਜਾਂਦਾ ਸੀਗਾ ਅੰਕਲ ਤੇ ਪਰ ਗੱਲ ਏਦਾਂ ਆ ਕਿ ਉਹ ਬੰਦੇ ਨੇ ਬਹੁਤ ਹੀ ਕਬੱਡੀ ਦਾ ਦਿੱਤਾ ਨੋ ਡਾਊਟ ਸਾਰੇ ਜਾਣਦੇ ਆਪਾਂ ਕਿ ਇੱਥੇ ਕਿਸੇ ਨੂੰ ਥੋੜੇ ਬਹੁਤੇ ਕੋਈ ਪੈਸੇ ਦੇ ਦਿੰਦਾ ਤਾਂ ਉਹ ਸੌਂਫਾ ਦਿੰਦਾ ਠੀਕ ਆ ਉਹ ਬੰਦੇ ਨੇ ਲੱਖਾਂ ਹੀ ਪ੍ਰੇਅਰ ਜਿਹੜੇ ਪਰਿਵਾਰ ਜਿਹੜੇ ਰੋਟੀ ਦੇ ਪਾਏ ਠੀਕ ਆ ਹੁਣ ਅਸੀਂ ਮੈਂ ਆਇਆ ਮੇਰੇ ਮਗਰ ਛੋਟਾ ਭਰਾ ਮੇਰਾ ਆ ਗਿਆ ਮੇਰੇ ਮੰਮੀ ਡੈਡੀ ਆ ਗਏ ਹੈ ਨਾ ਅਸੀਂ ਆਪਣਾ ਇੱਥੇ ਪਰਿਵਾਰ ਬਣਾ ਕੇ ਬਹਿ ਗਏ ਮੌੜ ਸਾਹਿਬ ਕਰਕੇ ਉਦੋਂ ਪਹਿਲਾਂ ਇੱਕ ਜਿਹੜਾ ਉਹਨਾਂ ਤੋਂ ਸਰਵਨ ਕੋਚ ਸੀ ਜਿਹੜਾ ਪਹਿਲਾਂ 72 'ਚ ਮੁੜਿਆ ਨਹੀਂ ਤਾਂ 70 ਜਿਹੜੇ 30 ਦੇ ਵਿੱਚ ਟੀਮ ਆਈ ਆ ਉਹਦੇ ਵਿੱਚੋਂ ਬਾਂਸਾ ਬਿੰਦਰ ਕਲਾਂ ਵਾਲਾ ਅਤੇ ਸੁਰਜੀਤ ਸਿੰਦਵਾਲੀਆ ਉਹਨਾਂ ਨੇ ਰੱਖੇ ਆ ਹੈ ਨਾ 77 'ਚ ਬਾਕੀ ਬੋਲਾ ਭਾਜੀ ਦੱਸੋਗੇ ਬਹੁਤ ਹੀ ਪਲੇਅਰ ਜਿਹੜੇ ਉਹਨਾਂ ਨੇ ਜੀ ਉੱਦਾਂ ਕਿ ਦੁੱਧ ਐਵੇਂ 9 ਸਾਲ ਦੁੱਧ ਰੱਖਿਆ ਉਹਨਾਂ ਦੇ ਨਾਲ ਕੰਮ ਵੀ ਕੀਤਾ ਕੰਮ ਕੀਤਾ ਹਾਂਜੀ ਡੇਅਰੀ ਸੀਗੀ ਉਹਨਾਂ ਦੀ ਕਾਰੋਬਾਰ ਨਾਲ ਦੁੱਧ ਦਾ ਸਿਖਾ ਮੋੜ ਡੇਅਰੀ ਹਾਂਜੀ ਅਤੇ ਉਹ ਜਿੱਥੇ ਵੀ ਉੱਥੇ ਡੇਅਰੀ ਹੋਰ ਵੀ ਹੈਗੀ ਆ ਅਤੇ ਜਿਹੜਾ ਹੈ ਨਾ ਘਰਾਂ ਦਾ ਦੁੱਧ ਸੀਗਾ ਉਹ ਜ਼ਿਆਦਾ ਮੋੜ ਤੋਂ ਹੀ ਸੀਗਾ ਇੰਨੇ ਘਰਾਂ ਦੇ ਬਸ ਉਹਨਾਂ ਦੇ ਇਹ ਸੀਗੇ ਦੁੱਧ ਮੋੜ ਤੋਂ ਪਾਉਣਾ ਭਾਜੀ ਪਾਤਸ਼ਾਹ ਦੇ ਕੋਲ ਚੱਲਦੇ ਵੀ ਜੀ ਧੰਨਵਾਦ ਹੈ ਤੁਹਾਡਾ ਤੁਸੀਂ ਅੱਜ ਉਸ ਰਾਹੀਅਤ ਨੂੰ ਆਪਾਂ ਯਾਦ ਕਰ ਰਹੇ ਹਾਂ ਅਤੇ ਬੰਦੇ ਨੇ ਚਲੇ ਜਾਣਾ ਉਹਨਾਂ ਆਪਣਾ ਜਿਹੜਾ ਸਮਾਂ ਮੇਰੇ ਹਿਸਾਬ ਨਾਲ ਬਤੀਤ ਕੀਤਾ ਅਤੇ ਆਪਣੀਆਂ ਯਾਦਾਂ ਛੱਡ ਗਏ ਨੇ ਅਤੇ ਅੱਜ ਉਹਨਾਂ ਯਾਦਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਇਹ ਵੀ ਬਹੁਤ ਕਿਸੇ ਦੇ ਘੱਟ ਭਾਗਾਂ 'ਚ ਆਉਂਦਾ ਹੈ ਕਿ ਜਦੋਂ ਇਸ ਕਰੋਨਾ ਵਾਇਰਸ ਦੇ ਚੱਲਦੇ ਆ ਪਰਿਵਾਰ ਨਹੀਂ ਯਾਦ ਕਰ ਰਹੇ ਪਰ ਅੱਜ ਉਸ ਸ਼ਖਸੀਅਤ ਨੂੰ ਆਪਾਂ ਸਾਰੇ ਯਾਦ ਕਰ ਰਹੇ ਹਾਂ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗਾ ਕਬੱਡੀ ਫੈਡਰੇਸ਼ਨ ਯੂਕੇ ਇੰਗਲੈਂਡ ਕਬੱਡੀ ਫੈਡਰੇਸ਼ਨ ਬਣਦੀ ਹੈ ਉਹਦੇ ਵਿੱਚ ਇੱਕ ਕਦੋਂ ਸਥਾਪਿਤ ਹੁੰਦੀ ਅਤੇ ਮਹਿੰਦਰ ਸਿੰਘ ਮੌੜ ਦਾ ਕੀ ਰੋਲ ਰਿਹਾ ਅਤੇ ਪਹਿਲੇ ਪ੍ਰੈਜੀਡੈਂਟ ਵੀ ਜਿੱਥੇ ਤੱਕ ਮੈਨੂੰ ਪਤਾ ਲੱਗਿਆ ਕਿ ਮਹਿੰਦਰ ਸਿੰਘ ਮੌੜ ਹੀ ਸਨ ਤੁਸੀਂ ਕੀ ਕਹਿਣਾ ਚਾਹੁੰਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਿੰਦਰ ਸਿੰਘ ਮੌੜ ਤਾਂ ਉਹ ਹਸਤੀ ਸੀ ਜਿਹਨੇ ਸਾਰੀ ਜ਼ਿੰਦਗੀ ਕਬੱਡੀ ਲਈ ਲਾ ਦਿੱਤੀ ਉਹਨੇ ਆਪਣੀ ਜ਼ਿੰਦਗੀ ਕੀ ਕਿ ਪਰਿਵਾਰ ਵੀ ਸਾਰਾ ਕਾਰੋਬਾਰ ਵੀ ਕਬੱਡੀ 'ਤੇ ਲਾ ਦਿੱਤਾ ਅੱਜ ਕੱਲ੍ਹ ਜੇ ਕੋਈ ਕਹੋ ਤਾਂ ਆਪਣੇ ਬੰਦਾ ਕਬੱਡੀ 'ਚੋਂ ਬਹੁਤ ਗੱਲਾਂ ਸੁਣਨ ਨੂੰ ਮਿਲਦੀਆਂ ਲੈ ਜੀ ਕਬੱਡੀ 'ਚ ਮੈਂ 10 ਸਾਲ ਹੋ ਗਿਆ 5 ਸਾਲ ਹੋ ਗਿਆ ਮੈਂ ਇੰਨੇ ਪੈਸੇ ਲਾ ਦਿੱਤੇ ਪਰ ਮਹਿੰਦਰ ਸਿੰਘ ਮੌੜ ਵਰਗਾ ਕੋਈ ਨਾ ਹੋਇਆ ਅਤੇ ਨਾ ਹੋਣਾ ਅਤੇ ਨਾ ਉਹਦੇ ਵਾਲੇ ਕੰਮ ਕੋਈ ਕਰ ਸਕਿਆ ਜਿੰਨੇ ਕੁ ਉਹਨੇ ਖਿਡਾਰੀ ਇੱਥੇ ਸੱਦ ਕੇ ਪਰਿਵਾਰ ਹੀ ਉਹਨਾਂ ਦੇ ਇੱਥੇ ਸੈੱਟ ਕਰ ਦਿੱਤੇ ਆ ਸੋ ਆਲ ਓਵਰ ਦਾ ਵਰਲਡ ਕਿਤੇ ਵੀ ਚੱਲ ਜਾਈਏ ਮਹਿੰਦਰ ਸਿੰਘ ਮੌੜ ਨੂੰ ਹਰ ਥਾਂ ਕੋਈ ਯਾਦ ਕਰਦਾ
जे अजक सानू भी कोई माड़ा मोटा माण सत्कार मिलता तो अमिंदर सिंह मौड़ करके ही है। असी जे नहीं भी कोई जानता जब कि जाके नौ भी लै दीदा कि असी बुल ब्रहमटन तो हाँ ਮਹਿੰਦਰ ਸਿੰਘ ਮੌੜ ਦੀ ਕਲੱਬ ਦੇ ਆ ਤਾਂ ਅਗਲੇ ਨੂੰ ਝੱਟ ਪਤਾ ਲੱਗ ਜਾਂਦਾ ਕਿ ਵਾਕਿਆ ਪੰਜਾਬ ਯੂਨਾਈਟਿਡ ਬੁਲਹੈਂਪਟਨ ਕਲੱਬ ਜਿਹੜੀ ਹੈ ਮਹਿੰਦਰ ਸਿੰਘ ਮੌੜ ਨੇ ਸਥਾਪਿਤ ਕੀਤੀ ਮਹਿੰਦਰ ਸਿੰਘ ਮੌੜ ਦੀ ਕਿਹੜੇ ਸਾਲ ਚ ਸਥਾਪਿਤ ਕੀਤੀ ਇਹ ਤਾਂ ਜੀ ਸਾਡੀ ਸੁਰ ਤੋਂ ਪਹਿਲਾਂ ਦੀ ਆ ਜਦੋਂ ਤੁਸੀਂ ਆਏ ਤੁਹਾਡੇ ਤੋਂ ਪਹਿਲਾਂ ਹਾਂਜੀ ਸਾਡੇ ਤੋਂ ਪਹਿਲਾਂ ਦੀ ਆ ਤੇ ਮੈਨੂੰ ਤਾਂ 30 ਸਾਲ ਹੋ ਗਏ ਚਲੋ ਮੌੜ ਸਾਹਿਬ ਦੇ ਨਾਲ ਜੁੜੇ ਨੂੰ ਤੇ ਵਧੀਆ ਜਿੰਨਾ ਉਹਨਾਂ ਦੇ ਨਾਲ ਟਾਈਮ ਕੱਢਿਆ ਬਹੁਤ ਵਧੀਆ ਟਾਈਮ ਕੱਢਿਆ ਬਹੁਤ ਮਾਣ ਹਸਤੀ ਸੀ ਕੋਈ ਲਾਲਚ ਨਹੀਂ ਇੱਦਾਂ ਦਾ ਸਮਾਂ ਵੀ ਦੇਖਿਆ ਕਿ ਜਦੋਂ ਗਰਾਊਂਡਾਂ ਦੇ ਵਿੱਚ ਲੋਕ ਅੱਜ ਕੱਲ੍ਹ ਜਿਹੜੇ ਪ੍ਰਮੋਟਰ ਵੀ ਆ ਸਾਡੇ ਵਰਗੇ ਉਹ ਦੇਖਦੇ ਆ ਕਿ ਸਾਡੀ ਫੋਟੋ ਕਿਉਂ ਨਹੀਂ ਲੈਂਦੇ ਸਾਡਾ ਨਾਂ ਕਿਉਂ ਨਹੀਂ ਬੋਲਦੇ ਪੈਸੇ ਦੇ ਦੇ ਕੇ ਕੰਪੀਟੀਟਰਾਂ ਨੂੰ ਅਸੀਂ ਨਾਂ ਬੁਲਾਉਂਦੇ ਹਾਂ ਅਤੇ ਮਹਿੰਦਰ ਸਿੰਘ ਮੌੜ ਉਹ ਹਸਤੀ ਆ ਜਿਹਨੂੰ ਗਰਾਊਂਡਾਂ ਦੇ ਵਿੱਚੋਂ ਹਾਕਾਂ ਪੈਂਦੀਆਂ ਸਟੇਜ 'ਤੇ ਵੀ ਇੱਥੇ ਆ ਕੇ ਬੈਠੋ ਉਹ ਜਾਂਦਾ ਨਹੀਂ ਸਟੇਜ ਵੱਲ ਉਹ ਕਬੱਡੀ ਦੀ ਲਾਈਨ 'ਤੇ ਬੈਠ ਕੇ ਮੈਚ ਦੇਖਣਾ ਉਹ ਕਬੱਡੀ ਦਾ ਸ਼ਦਾਈ ਸੀ ਕਬੱਡੀ ਦਾ ਇੰਨਾ ਉਹਨੂੰ ਸ਼ੌਂਕ ਸੀ ਸੋ ਬਹੁਤ ਵੱਡੀ ਮਹਾਨ ਹਸਤੀ ਸੀ ਜਿਹਨੂੰ ਇੱਕ ਗੱਲ ਦੀ ਮੈਂ ਜ਼ਰੂਰ ਇਹ ਗੱਲ ਕਹਿਣੀ ਚਾਹੁੰਦਾ ਕਿ ਇੱਕ ਚੀਜ਼ ਜ਼ਰੂਰ ਮਹਾਰਾਜ ਨੇ ਸਾਨੂੰ ਇਹ ਮੌਕਾ ਨਹੀਂ ਦਿੱਤਾ ਇਹ ਸਾਰੀ ਜ਼ਿੰਦਗੀ ਪਛਤਾਵਾ ਰਹੂਗਾ ਕਿ ਐਡੀ ਮਹਾਨ ਹਸਤੀ ਦੇ ਸਾਡੇ ਕੋਲ ਜਾਂਦੇ ਹੋਏ ਦਰਸ਼ਨ ਨਹੀਂ ਆਹ ਪਛਤਾਵਾ ਜ਼ਿੰਦਗੀ 'ਚ ਹਰ ਬੰਦੇ ਨਾਲ ਮੈਂ ਗੱਲ ਉੱਦਣ ਕੀਤੀ ਹੈ ਵੈਸੇ ਚਾਹੇ ਮੋਹਣੇ ਭਾਅ ਜੀ ਨਾਲ ਅਸੀਂ ਸ਼ੋਅ ਉੱਦਣ ਭਲਵਾਨ ਦਾ ਕਰਦੇ ਸਾਂ ਮੋਹਣੇ ਭਾਅ ਜੀ ਨੇ ਗੱਲ ਭਲਵਾਨ ਦੀ ਚੱਲ ਰਹੀ ਸੀ ਜਵਾਨ ਪੁੱਤ ਦੀ ਅਤੇ ਫਿਰ ਵੀ ਮਹਿੰਦਰ ਸਿੰਘ ਮੌੜ ਦੀ ਗੱਲ ਕੀਤੀ ਕਿ ਉਹਨਾਂ ਦੀ ਤੰਦਰੁਸਤੀ ਅੱਗੇ ਉਹਨਾਂ ਨੂੰ ਸਿਹਤ ਵਧੀਆ ਹੋਈ ਹੈ ਅਤੇ ਮੈਂ ਬਾਅਦ 'ਚ ਸੋਚਦਾ ਸੀ ਵੀ ਇਹ ਜਿਹੜੇ ਬੰਦੇ ਨੇ ਇਹਨਾਂ ਦੀ ਹਰ ਗੱਲ ਜਿਹੜੀ ਕੰਪਲੀਟ ਹੁੰਦੀ ਉਹਦੇ ਵਿੱਚ ਬਾਬੇ ਮਹਿੰਦਰ ਸਿੰਘ ਮੌੜ ਦਾ ਜ਼ਰੂਰ ਨਾਂ ਆਉਂਦਾ ਕਾਰਨ ਕੀ ਹੈ ਇੱਥੇ ਤੱਕ ਮੈਂ ਸੁਣੀ ਸੁਣਾਈ ਨਹੀਂ ਗੱਲ ਮੈਂ ਖੁਦ ਦੇਖਿਆ ਉਹਨਾਂ ਨੂੰ ਪਿੱਛੇ ਬੈਠ ਕੇ ਚੇਅਰ 'ਤੇ ਕਬੱਡੀ ਦੇਖਦਿਆਂ ਨੂੰ ਅਸੀਂ ਆਪਣੇ ਫੇਮ ਨੂੰ ਲੜਦੇ ਹਾਂ ਸਾਡੀ ਤਸਵੀਰ ਜੇ ਨਾ ਆਵੇ ਤਾਂ ਅਸੀਂ ਸਭ ਤੋਂ ਪਹਿਲਾਂ ਆਪਣੀ ਤਸਵੀਰ ਦੇਖਦੇ ਹਾਂ ਜਾਂ ਇੰਟਰਵਿਊ 'ਚ ਜਿਹੜੇ ਸ਼ਬਦ ਮੈਂ ਕਹੇ ਆ ਮੈਂ ਇਹਨੂੰ ਸੁਣਦਾ ਪਰ ਮੈਂ ਕੁਛ ਸੁਣੀ ਸੁਣਾਈ ਗੱਲ ਨਹੀਂ ਬਹਾਦਰ ਸ਼ੇਰ ਗੱਲ ਹੋਣੀ ਚਲੋ ਇਹ ਉਹਨਾਂ ਦੇ ਨਾਂ ਰਹੇ ਨੇ ਉਹਨਾਂ ਦਾ ਸਾਥ ਉਹਨਾਂ ਦੇ ਪਿਆਰ ਸਦਕਾ ਇੱਥੇ ਤੱਕ ਪਹੁੰਚੇ ਨੇ ਪਰ ਜਿਹੜਾ ਮੈਂ ਉਹਨੂੰ ਆਪ ਤਕਰੀਬਨ ਪਿਛਲੇ 2013 ਤੋਂ ਲੈ ਕੇ ਅਸੀਂ ਦੇਖਿਆ ਪਿੱਛੇ ਬੈਠ ਕੇ ਕਬੱਡੀ ਦੇਖਦਿਆਂ ਦੇਖਿਆ ਅਗਲਾ ਜਿਹੜਾ ਨੌਜਵਾਨ ਹੈ ਸੁਖਵੀਰ ਸਿੰਘ ਉਹਨਾਂ ਦਾ ਦੋਤਾ ਗਰਾਊਂਡਾਂ ਦੇ ਵਿੱਚ ਸਟੋਪ ਜਿਹੜੀ ਚੰਗੀ ਪਕੜ ਕਰਨ ਲੱਗ ਗਿਆ ਸੀਗਾ ਅਤੇ ਮੈਂ ਅੱਜ ਇਸ ਘੜੀ ਦੇ ਵਿੱਚ ਸੁਖਵੀਰ ਵੀ ਹੈ ਯੰਗ ਮੈਨ ਆ ਅਤੇ ਸੁਖਵੀਰ ਸਿੰਘ ਮੈਂ ਤੁਹਾਡੇ ਤੋਂ ਗੱਲ ਪੁੱਛਣੀ ਚਾਹੁੰਦਾ ਤੁਹਾਨੂੰ ਵੀ ਮਹਿੰਦਰ ਸਿੰਘ ਤੁਹਾਡੇ ਨਾਨਾ ਜੀ ਲੱਗਦੇ ਨੇ ਨਾਨਾ ਜੀ ਨੇ ਤੁਹਾਨੂੰ ਪਾਇਆ ਕਬੱਡੀ 'ਚ ਜਾਂ ਤੁਹਾਨੂੰ ਆਪਣਾ ਸ਼ੌਂਕ ਸੀਗਾ ਕਿ ਆਪਣੇ ਨਾਨੇ ਦਾ ਨਾਂ ਕਰਨਾ ਥੋੜ੍ਹਾ ਮਾਈਕ ਉੱਪਰ ਕਰ ਲਓ ਹਾਂਜੀ ਅਤੇ ਕਿਉਂ ਤਾਂ ਮੈਨੂੰ ਯਾਦ ਆ ਅਤੇ ਨਾਨਾ ਜੀ ਗਰਾਊਂਡ 'ਚ ਲੈ ਕੇ ਜਾਂਦੇ ਰਹੇ ਸਾਨੂੰ ਛੋਟੇ ਹੁੰਦੇ ਅਤੇ ਰੋਜ਼ ਹੀ ਕਿਉਂ ਕੋਈ ਕਬੱਡੀ ਪਲੇਅਰ ਹੋਣਾ ਘਰ ਪਹਿਲੋਂ ਕਹਿਣਾ ਉਹਨਾਂ ਤੋਂ ਜਾ ਪਾਕ 'ਚ ਮਿਹਨਤ ਕਰ ਉਹਨਾਂ ਦੇ ਨਾਲ ਅੱਛਾ ਅਤੇ ਸਭ ਤੋਂ ਕਿਉਂ ਪਹਿਲੀ ਵਾਰੀ ਗੁਲਾਲ ਘਨੌਰ ਆਏ ਜਾਂ ਬਿੱਟੂ ਦਗਾਲ ਅੱਛਾ ਜੀ ਉਹਨੋਂ ਦੋ ਜਾਂ ਦੋ ਤਿੰਨ ਦੀਆਂ ਗੱਲਾਂ ਉੱਥੋਂ ਬਾਅਦ ਫਿਰ ਹਰ ਸੰਡੇ ਮੈਨੂੰ ਟੂਰਨਾਮੈਂਟ 'ਤੇ ਲੈ ਕੇ ਜਾਣਾ ਗ੍ਰੇਵ ਏਜੰਟ ਹੋਵੇ ਜਾਂ ਲੋਕਲ ਹੋਵੇ ਉਹਨਾਂ ਨੂੰ ਕੋਈ ਇੱਦਾਂ ਹੈ ਨਹੀਂ ਸੀ ਕਹਿੰਦਾ ਨਾਲ ਹੀ ਮੇਰੇ ਨਾਲ ਜਾ ਮੈਚ ਦੇਖ ਸ਼ਾਮਾਂ ਨੂੰ ਘਰ ਆ ਗਰਾਊਂਡ 'ਚ ਕਿੰਨੇ ਸਾਲ ਦੀ ਉਮਰ ਸਰ ਵੀ ਤੁਹਾਡੀ ਹੁਣ ਮੈਂ 25 ਦਾ ਹੋ ਗਿਆ ਜੀ 25 ਸਾਲ ਦਾ ਅਤੇ ਅਸੀਂ ਬੜਾ ਵਧੀਆ ਦੇਖਿਆ ਇਸ ਨੌਜਵਾਨ ਨੂੰ ਵੱਡੇ ਵੱਡੇ ਪਲੇਅਰਾਂ ਨੂੰ ਜੱਫੇ ਲਾਉਂਦਾ ਅੱਜ ਤੁਸੀਂ ਇੱਥੇ ਬੈਠੇ ਹੋ ਪਰਿਵਾਰ 'ਚ ਕੌਣ ਕੌਣ ਜੀ ਹੈ ਜੇ ਆਪਾਂ ਗੱਲ ਕਰੀਏ ਬਹੁਤ ਘੱਟ ਅਸੀਂ ਜਾਣਦੇ ਹਾਂ ਮਹਿੰਦਰ ਸਿੰਘ ਮੌੜ ਦੇ ਪਰਿਵਾਰ ਦੀ ਗੱਲ ਬਹੁਤ ਘੱਟ ਹੋਈ ਹੈ ਨਹੀਂ ਤਾਂ ਬੰਦਾ ਕਬੱਡੀ ਵਾਲੇ ਜਿੰਨੇ ਫੇਮਸ ਪਲੇਅਰ ਨੇ ਤਕਰੀਬਨ ਪਤਾ ਹੁੰਦਾ ਮੈਂ ਤੁਹਾਡੇ ਕੋਲ ਜਾਣਾ ਚਾਹੁੰਦਾ ਪਰਿਵਾਰ 'ਚ ਕੌਣ ਕੌਣ ਅਤੇ ਉਹਨਾਂ ਦੇ ਤਿੰਨ ਲੜਕੀਆਂ ਸੀ ਅਤੇ ਇੱਕ ਮੁੰਡੇ ਸੀ ਉਹਨਾਂ ਦਾ ਜੀ ਅਤੇ ਬਾਕੀ ਉਹਨਾਂ ਦੀ ਅਸਲੀ ਫੈਮਿਲੀ ਤਾਂ ਕਬੱਡੀ ਸੀ ਉਹਨਾਂ ਦੇ ਕਬੱਡੀ 'ਚ ਹੀ ਰਹੇ ਅਤੇ ਉਹਨਾਂ ਨੂੰ ਹੋਰ ਕੁਛ ਨਹੀਂ ਪਤਾ ਸੀ ਕਬੱਡੀ ਤੋਂ ਸਿਵਾਏ ਉਹਨਾਂ ਦੀ ਉਹੀ ਫੈਮਿਲੀ ਇੱਕ ਅਤੇ ਉਹੀ ਰਹੀ ਇੱਥੇ ਦਾ ਜੰਮਪਲ ਹੈ ਮੈਂ ਸੁਖਵੀਰ ਬਾਰੇ ਦੱਸਦਾ ਇਹ ਨੌਜਵਾਨ ਇੱਥੇ ਦਾ ਜੰਮਪਲ ਦੋਤਾ ਹੈ ਉਹਨਾਂ ਦਾ ਮਹਿੰਦਰ ਸਿੰਘ ਮੌੜ ਦਾ ਚੰਗੇ ਜੱਫੇ ਤਕਰੀਬਨ ਹੁਣ ਲਾ ਰਿਹਾ ਇਹਨੂੰ ਜਦੋਂ ਅਸੀਂ ਗਰਾਊਂਡ 'ਚ ਦੇ ਸਾਨੂੰ ਕੁਝ ਵੀ ਹੁੰਦੀ ਆ ਅੱਗੇ ਪੈਰਾ ਸਿੰਘ ਮਟਾਲਾ ਪੈਰਾ ਸਿੰਘ ਜੀ ਮਹਿੰਦਰ ਬਾਰੇ ਮਹਿੰਦਰ ਸਿੰਘ ਮੌੜ ਬਾਰੇ ਕੀ ਕਹਿਣਾ ਚਾਹੁੰਦੇ ਉਹਦੀ ਗੱਲੀ ਨਹੀਂ ਕਰਨੀ ਮਾਈਕ ਉੱਪਰ ਕਰ ਉਹਦੀ ਗੱਲ ਹੀ ਨਹੀਂ ਕਰਨੀ ਜੀ ਜਿਹੜੀ ਗੱਲ ਆ ਜੋ ਕਰ ਗਿਆ ਕੋਈ ਨਹੀਂ ਕਰ ਸਕਦਾ ਅੱਖਾਂ ਭਰਦੀਆਂ ਜਦੋਂ ਗੱਲ ਅਸੀਂ ਉਹਦੇ ਨਾਲ ਰਹੇ ਜੀ ਜਦੋਂ ਕਬੱਡੀ ਟੂਰਨਾਮੈਂਟ ਇਕੱਠੇ ਉੱਤੇ ਹੁੰਦੇ ਹੁਣ ਅਨੰਦਪੁਰ ਸਾਹਿਬ ਗਏ ਤਾਂ ਵੀ ਇਕੱਠੇ ਸ਼ੀਰੇ ਪਿੰਡ ਗਏ ਸਮੇਂ ਬਹੁਤੇ ਇਕੱਠੇ ਦੂਏ ਨਾ ਹੈਪਨ ਹੋ ਗਿਆ ਇੰਡੀਆ ਨਾਚ ਰਹੇ ਇਕੱਠੇ ਹੁੰਦੇ ਜੀ ਜਾਣਾ ਜੀ ਟੂਰਨਾਮੈਂਟ ਦੇ ਬਸ ਹੁਣ ਸਾਡੇ ਟੂਰਨਾਮੈਂਟ ਫਿਨਿਸ਼ ਹੋ ਗਏ ਗੱਲ ਆ ਜੀ ਸ਼ਬਦ ਹੈ ਨਹੀਂ ਹਰ ਇੱਕ ਬੰਦਾ ਕਿਉਂਕਿ ਸ਼ਖਸੀਅਤ ਅੱਜ ਅਸੀਂ ਤਾਂ ਗੱਲ ਕਰ ਰਹੇ ਹਾਂ ਇੰਗਲੈਂਡ ਦੇ ਵਿੱਚ ਜਦੋਂ ਗੱਲ ਕਰਦੇ ਸ਼ੀਰੇ ਭਾਅ ਜੀ ਹੁਣਾਂ ਨੂੰ ਫੋਨ ਦਿਓ ਆਪਣਾ ਮਾਈਕ ਦਿਓ ਸ਼ੀਰੇ ਭਾਅ ਜੀ ਬਹੁਤ ਨੌਜਵਾਨ ਅੱਜ ਜੇ ਗੱਲ ਕਰੀਏ ਤਾਂ ਕਬੱਡੀ ਵਾਲਿਆਂ ਨੂੰ ਕੋਈ ਕੁੜੀ ਨਹੀਂ ਦੇ ਰਿਹਾ
तो तकरीबन जो इंग्लैंड की गल करते हैं अराउंड द वर्ल्ड भी गल करिए बाहरिया कंट्रियां महेंद्र सिंह ने इंग्लैंड तो बाले रिश्ते कराए ने जे आप उन्होंने लाइन गिणीए तो मेरे हिसाब अपना प्रोग्राम खत्म होना भी एड्डी लंबी कतार है उन्होंने वास्ते तो बहरले देशों में दूजे भी करवाए ने की कहना चाहते उन्होंने बारे तुम भी उस ही शहर के वसनीक हो दो क्लबा हूँ तुम्हारिया पहला एक जी यूनाइटेड बुलवाटन होंगी सी उसके बाद सिख टैंपल बनी है की कहना चाहते हो। वाहगुरु जी का खालसा वाहगुरु जी की फतेह। पहला तो जो साड़ी एड्डी महान हस्ती साढ़े तो बिछड़ गई आ अभी परमात्मा अगे अरदास करते हैं भी उन्होंने अपने चरणों के निवास देन जिते भाजी जो मोड़ साहब कर गया मेरे ख्याल बई ना किसी को होना ही है मुड़ के तो ना कोई कर ही सकता जिदा कि छोटे ने कहा बई उसकी फैमिली जी कबड्डी सी उन्हें कबड्डी लिए सारा कुछ मारिया एक जे रिश्ते आ जे असी बुलवेंट की गल करिए सारे इंग्लैंड जी वैसे तो मेरे ख्याल बुलवेंट के जिन्हों पुछ लो उन्हें यही दसना भी मेरा विचोला कौन सगा अंकल मोड़ इन्ना माण सी इन्ना माण सी 99% जानी जे कबड्डी के प्लेयर है कि नहीं वो सारे रिश्ते मोड़ साहब ने किए ईवन के उन्होंने खर्चा भी उन्होंने जो ब्याह शादी का खर्चा भी वह भी आप ही आपके कोलों ही करके किसी वापस नहीं जान दिता जो कोई बड़ा ही जिदा भी कह लो जी किस्मत नहीं साथ दिता वो पिछे मुड़ गया होगा नहीं तो असी नहीं सुनिया भी मोड़ का बंदा कोई आया इतों पिछे मुड़ गया होगा। ईवन के जे असी अज काले संघे पिंड की गल करिए सारा काला संघ बुलवेंट के बसदा आ तो जिन्ने काले संघ तो मेरे ख्याल बुलवेंट के कारण यही आ क्योंकि मोड़ साहब ने जिहड़ा आया उत्थे बस वह रिश्ता करके पक्का करता एक एड्डी महान हस्ती एक जिते बाद हुण आप टूरनामेंट तो भी जाते होंगे इकट्ठे ही जी कदे उस एड्डी महान हस्ती ने यह नहीं सोचा भी मैं कदे ग्राउंड च जावां वार सवेर तो जाके चेयर ते बह जाए रोटी पानी भी उत्थे खाना पानी दी पीपी तो लड़दे ने बंदे भी साडा फोटो आ जावे हाँ जी हाँ जी पानी तो पीपी तौलिया फंड तो लड़दे मैं तौलिया फंडना तो ग्राउंड दे विच बणनू उस बंदे ने कदे अपनी चेयर नहीं छड्डी जाके उत्थे चेयर ते बह गया सारा कला कला मैच अच्छा सानू नहीं चेता आता भी कि बंद ने कहड़ा जफा लाया उन्होंने कले कले बंद का चेता आता भी किने कि जफा लाया किन्ने जफे लगे हजे तक क्योंकि कबड्डी पढ़ते सी एक एक कह लो भी चलो जे अनपढ़ कह लो उन्होंने भी वो इन्ने पढ़े लिखे नहीं उन्होंने कबड्डी इतने तक पहुँचाता जे अज पढ़े लिखे है समय उन्होंने कबड्डी का थला लाता वो अनपढ़ होकर उन्होंने कबड्डी इतने तक पहुँचाता एक वधिया इदा की सानू शख्सियत कबड्डी वास्ते विच मुश्किल लभनी आ क्योंकि घर जी कबड्डी है कि नहीं एक घर गवा के फिर ही घर होंगे कुछ दिन तो उन्होंने घर गवा के उन्हें तो घर सारा ही लाता कबड्डी के सारा अपना आर परिवार वह कबड्डी से जे इतने से इतने भी कबड्डी के नाल जे इंडिया चल जाओ इंडिया उन्हों का कोई इदा का दिन नहीं होगा जिदन उन्होंने घर पांच सत्त प्लेयर नहीं होंगे हो मोड़ साहब न मिलना जिदन कोई ईवन के साड़िया दो क्लबा आ जिन्हें भी नवे प्लेयर आए उन्होंने सिलेक्ट किए चाहे साड़ी इस क्लब का सिख टैंपल का हो चाहे पंजाब यूनाइटेड का हो जिहड़ा भी उठता प्लेयर से उन्हें कहना भी वह फलाना प्लेयर आ सौखमनूनी हुए आ मक्खी हुई हुए आ जिन्हें उन्होंने सारे प्लेयर उन्होंने सिलेक्ट किए हुए उन्होंने आ के दसना भी फलाना प्लेयर आप लिया कि वधिया प्लेयर आ तो जिहड़ा प्लेयर लिया वह है भी इदा भी देख लो पहली बार आए तो पहली बार सारे स्टार बने आ भी है क्योंकि उन्होंने ग्राउंड च बैठ के मैच न रीड किया ये रियलिटी है कई बार जिमें भाजी हुणां ने दस्सिया इहदे विच असीं वी विचे आउंदे आ कि असीं फ्रेम दे भुखे हाँ सानू तस्वीर चाहीदी है सानू बल्ले बल्ले चाहीदी शायद सानू लगदा कि दुनिया ये कुछ देखदी अज तां ही उहनां नूं बाबा बुढ़ कह दिंदा मैं ये गल नहीं कहना भी किसी दे असीं जिहड़ा प्रोग्राम कर रहे हाँ वो जा चुके ने पर उन्होंने यादां साडे विच ने जिन्ना जिन्ना किसी नाल प्यार है ना वीरां चों सानू जिन्ना क मौका मिलिया अनपढ़ता दी गल इहनां दस्सी है मैं नहीं उन्होंने कहूँगा अनपढ़ क्योंकि पढ़े लिखे सन पढ़े लिखे MBBS PhD नालों वधिया काम कर गए ने पढ़े लिखिया ने हो सकता कबड्डी उस लेवल ते नहीं पहुँचा सकते समय चंगे सन इंसान चंगे सन अगले अपने भाजी जिहड़े आ बिंदरमाल तुसीं भी भाजी उन्होंने आशीर्वाद लिया मैं थोड़े को भी देना चाहना कड्डी कबड्डी खेली भी आ ते तुसीं हुण टीम दे विच सिख टैंपल बुलवंटन दे विच तुसीं रोल भी वधिया निभा रहे हो मोड़ साहब बारे जे गल कहनी हो सोच रहे तुसीं उन्होंने बारे। हाँ जी अंकल मोड़ जी नाल मेरा पहली बार असीं मिले आ 89 दे विच अच्छा अंकल जी इंडिया तो टीम लैके लैण गए सीगे ते उदों साडी मंडी बोर्ड दी टीम आ रही सी सारी तकरीबन अच्छा जी ते उहदे च अंकल मई जून दे विच उत्थे सी इन्नी गर्मी दे विच ते उदों मंडी बोर्ड दी टीम आई तां अंकल उहनी सारा उहदा इंतजाम कीता इत्थे
ਤੇ ਵੱਖ ਵੱਖ ਕਲੱਬਾਂ 'ਚ ਮੁੰਡੇ ਲਿਆਂਦੇ ਤੇ ਫਿੱਟ ਕੀਤੇ ਤਾਂ ਚਲੋ ਖੇਡ ਕੇ ਚੱਲ ਗਏ। ਫਿਰ 90 ਦੇ ਵਿੱਚ ਸਾਡੇ ਅਸੀਂ 5-6 ਮੁੰਡੇ ਫਸੇ ਹੋ ਸੀ ਬਹੁਤ, ਜਿਨ੍ਹਾਂ ਦਾ ਵੀਜ਼ਾ ਨਹੀਂ ਸੀ ਲੱਗਦਾ। ਅਸੀਂ 86 ਦੇ ਵਿੱਚ ਖੇਡ ਗਏ ਸੀ ਪਹਿਲਾਂ। ਕਿਹੜੇ ਕਿਹੜੇ ਸਾਲ, ਮੈਂ ਜ਼ਰੂਰ ਨਾਂ ਜਾਣੇ ਚਾਹਾਂਗਾ। ਹਾਂਜੀ, ਇਹ ਪੱਪੂ ਸੀ, ਗੁਰਦਾਸਪੁਰੀ ਹੈ ਪੱਪੂ। ਹਾਂਜੀ, ਅਤੇ ਕਾਟੋ ਦੇਵੀ ਦਿਆਲ ਤੋਂ ਪਿੰਡ ਤੋਂ ਸੀਗਾ, ਕੁੱਬਿਆਂ ਵਾਲਾ, ਬਹੁਤ ਵਧੀਆ ਜਾਫੀ ਸੀ ਅਤੇ ਮੈਂ ਵੀ ਉਹਨਾਂ ਦੇ ਵਿੱਚ ਸੀ ਅਤੇ ਬਾਕੀ ਹਰਪ੍ਰੀਤ ਬਾਬਾ ਇਹ ਸਾਰੇ ਆ ਗਏ ਸੀਗੇ। ਤੁਸੀਂ ਹਰਪ੍ਰੀਤ ਬਾਬੇ ਹੁਣਾਂ ਦੇ ਨਾਲ ਵਿਆਹ 'ਚ ਰਹੇ ਹੈ? ਹਾਂਜੀ ਹਾਂਜੀ, ਇਹ ਸਾਰੇ ਮੇਰੇ ਸੀਨੀਅਰ ਸੀ ਤੁਹਾਡੇ ਨਾਲ? ਨਹੀਂ ਨਹੀਂ, ਸੀਨੀਅਰ ਨਹੀਂ, ਮੇਰੇ ਹਾਣੀ ਤਾਣੀ ਆ ਸਾਰੇ। ਅੱਛਾ ਜੀ, ਲੱਗਦੇ ਸ਼ੱਬਾ ਪੱਪੂ ਸਾਰੇ, ਸਭਾ ਇੱਕ ਸਾਲ ਬੜਾ ਹੋਣਾ ਪੱਪੂ। ਅੱਛਾ, ਅਤੇ ਬਾਕੀ ਸਾਰੇ 65-64 ਦੇ ਆ, ਮੈਂ ਵੀ 65 ਦਾ ਜੀ, ਮੇਰਾ ਬਰਥ ਵੀ 65 ਦਾ, ਮਤਲਬ ਯੀਅਰ ਦਾ। ਤੁਸੀਂ ਵੀ ਜਿਹੜੇ ਕਿ ਮੋਰ ਸਾਹਿਬ ਨੇ ਸਿਲੈਕਟ ਕੀਤਾ? ਹਾਂਜੀ, 90 ਦੇ ਵਿੱਚ ਆਏ ਹਾਂ ਅਤੇ ਉਦੋਂ ਪੂਰੀ ਗਰਮੀ ਸੀ, ਜਦੋਂ ਅੰਕਲ ਕਹਿੰਦਾ ਇੱਦਾਂ ਨਹੀਂ ਵੀ ਹੁਣ ਸਾਰੇ ਲੈ ਕੇ ਜਾਣਾ। ਅੱਛਾ ਜੀ, ਅਤੇ ਫਿਰ ਜਦੋਂ ਸਾਡੇ ਵੀਜ਼ੇ ਲੱਗੇ ਤਾਂ ਫਿਰ ਸਾਰੀਆਂ ਟਿਕਟਾਂ ਵੀ ਅੰਕਲ ਨੇ ਇੰਤਜ਼ਾਮ ਕੀਤੀਆਂ ਸਾਰੀ ਟੀਮ ਦੀਆਂ। ਫਿਰ ਅਸੀਂ ਬਾਲ ਹੰਟਰ ਲਈ ਖੇਡੇ ਇੱਥੇ ਆ ਕੇ, ਪੱਪੂ, ਸੇਮਾ, ਮੈਂ, ਰਾਜਨ ਸੀਗਾ, ਮੋਣਾ, ਅਤੇ ਟੀਮ ਵਧੀਆ ਬਣਾਈ ਸੀ। ਅਤੇ ਅੰਕਲ ਨੇ ਵੀ 89 ਦੇ ਵਿੱਚ, ਰਾਜਨ ਅਜੇ ਯੰਗਸਟਰ ਸੀਗਾ, ਕੋਈ ਐਡਾ ਤਕੜਾ ਨਹੀਂ ਸੀਗਾ, ਅਤੇ ਅੰਕਲ ਨੇ ਆਉਂਦੇ ਦਾ ਹੀ ਉਹਦਾ ਵਿਆਹ ਕਰਤਾ। ਅੱਛਾ, ਰਾਜਨ ਛੋਟਾ ਜਿਹੜਾ ਮੇਰੇ ਤੋਂ ਰਾਜਨ, ਹੈ ਨਾ? ਅੱਛਾ, ਠੀਕ ਹੈ ਜੀ। ਹਾਂਜੀ, ਬ੍ਰਦਰ। ਅੱਛਾ ਅੱਛਾ, ਅਤੇ 89 'ਚ ਰਾਜਨ ਦਾ ਵਿਆਹ ਹੋਇਆ, ਉਹ ਸੈੱਟ ਕੰਮ ਕਰਤੇ ਵੀ ਅੰਕਲ ਨੇ ਲਵਾ ਤਾ, ਫੌਂਡੇ 'ਚ ਛਿੰਦਾ ਅਮਲੀ ਕਰਦੇ ਸੀ, ਉਹ ਇਕੱਠੇ ਇੱਕੋ ਥਾਂ ਹੋ ਗਏ। ਅੱਛਾ ਜੀ, ਅਤੇ ਛਿੰਦੇ ਦਾ ਰਸਤਾ ਵੀ ਇਹ ਆਪਣੇ ਅੰਕਲ ਮੋੜ ਨੇ ਕਰਾਇਆ ਸੀ, ਅਤੇ ਉਹ ਇਕੱਠੇ ਦੋਨੇ ਸਾਢੂ ਹੀ ਆ, ਇੱਕੋ ਪਿੰਡ ਦੋਨੇ ਵਿਆਹ ਹੋਇਆ। ਠੀਕ ਹੈ ਜੀ, ਰਾਜਨ ਤਾਂ ਛਿੰਦਾ ਅਮਲੀ। ਇੱਕ ਪਾਸੇ ਜੇ ਗੱਲ ਆਪਾਂ ਕਬੱਡੀ ਦੀ ਗੱਲ ਕਰਦੇ ਤਾਂ ਮੇਰੇ ਹਿਸਾਬ ਨਾਲ ਘਰਾਂ 'ਚ, ਕਿਉਂਕਿ ਵਿਚੋਲਾ ਜਿਹੜਾ ਬਣਨਾ ਨਾ, ਇਹ ਕਹਿੰਦੇ ਬੰਦੇ ਦੀ ਗਤੀ ਹੁੰਦੀ ਹੈ ਅਗਲੇ ਜਨਮ ਦੇ ਵਿੱਚ, ਜਿਹੜਾ ਵਿਚੋਲਾ ਨਹੀਂ ਬਣਦਾ। ਅਤੇ ਇਹ ਗੱਲ ਆਮ ਕਹਿੰਦੇ ਵੀ ਕਿਸੇ ਦਾ ਬੱਚਾ ਧੀ ਨੂੰ ਅਤੇ ਪੁੱਤ ਨੂੰ ਉਹਦਾ ਰਿਸ਼ਤਾ ਕਰਾ ਦੇਣਾ, ਇਹ ਬਹੁਤ ਵੱਡਾ ਪੁੰਨ ਦਾ ਕੰਮ ਹੈ। ਪੰਜਾਬ 'ਚ ਗਰੀਬੀ ਵੀ ਸੀਗੀ, ਹੁਣ ਤਾਂ ਚਲੋ ਸਾਰੇ ਬਹੁਤ ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ ਮਾਲੋਮਾਲ ਨੇ, ਅਤੇ ਗਾਂ ਪ੍ਰਮੋਟ ਵੀ ਕਰਦੇ ਨੇ ਆਪ ਤਕਰੀਬਨ। ਇਹਨਾਂ ਵਿੱਚੋਂ ਮੋਲ ਸਾਰਿਆਂ ਨੇ ਕਬੱਡੀ, ਕਿਸੇ ਨੇ ਜ਼ਿਆਦਾ ਹੋ ਸਕਦੀ, ਕਿਸੇ ਨੇ ਥੋੜ੍ਹੀ ਹੋ ਸਕਦੀ ਖੇਡੀ ਹੈ। ਪਰ ਜਦੋਂ ਇਹਨਾਂ ਦੀ ਸਾਰਿਆਂ ਦੀ ਗੱਲ ਐਂਡ 'ਤੇ ਆਉਂਦੀ ਤਾਂ ਮਹਿੰਦਰ ਸਿੰਘ ਮੌੜ ਦਾ ਜ਼ਰੂਰ ਨਾਂ ਆਉਂਦਾ। ਬੋਲਾ ਪੱਤਣ, ਪੱਤਣ ਸਾਹਿਬ ਤੁਹਾਡੇ ਕੋਲ ਪੁੱਛਦੇ ਹਾਂ ਕਿ ਤੁਸੀਂ ਇੱਧਰੋਂ ਆਪਣੇ ਤੁਹਾਡੇ ਨਾਲ ਕਿੱਦਾਂ ਰਾਬਤਾ ਹੁੰਦਾ ਮਹਿੰਦਰ ਸਿੰਘ ਮੌੜ ਦਾ? ਅਸਲੀ ਬਜ਼ੁਰਗ ਮਹਿੰਦਰ ਮੌੜ ਆ ਜੀ, ਜਿਹੜਾ ਹਰ ਇੱਕ ਪਲੇਅਰ ਦੀ ਬਾਂਹ ਫੜਦਾ ਸੀਗਾ। ਇੱਦਾਂ ਦਾ ਬੰਦਾ ਨਾ ਕਬੱਡੀ ਦੇ ਵਿੱਚ ਆਊਗਾ ਅਤੇ ਨਾ ਜੰਮੂਗਾ ਮੁੜ ਕੇ। ਉਹਨਾਂ ਦੀ ਕਬੱਡੀ ਨੂੰ ਬਹੁਤ ਜ਼ਿਆਦਾ ਦੇਣ ਸੀਗੀ ਜੀ। ਮੈਂ 77 ਦੀ ਤੁਹਾਨੂੰ ਗੱਲ ਸੁਣਾਉਣਾ, ਅਤੇ ਇੱਥੇ ਮੈਂ ਬਰਮਿੰਘਮ ਵਾਲਿਆਂ ਨੇ ਮੈਨੂੰ ਰੱਖ ਲਿਆ ਸੀਗਾ ਜੀ, ਇੰਡੀਆ ਦੀ ਟੀਮ ਆਈ ਸੀਗੀ ਉਦੋਂ ਖੇਡਣ। ਬਰਮਿੰਘਮ ਨਹੀਂ, ਇੰਡੀਆ ਦੀ ਟੀਮ ਨਾਲ ਆਈ ਸੀ। ਇਹਨਾਂ ਨੇ ਜਿੱਦਾਂ ਇੱਥੇ ਮੈਨੂੰ ਰੱਖ ਲਿਆ ਸੀ ਵੀ ਕਹਿੰਦੇ ਸਾਡੇ ਕਲੱਬ ਵੱਲ ਤੂੰ ਰਹਿਣਾ, ਅਤੇ ਉਹ ਰਸਤੇ ਦੀ ਕੋਈ ਗੱਲ ਨਾ ਬਣੇ ਅਤੇ ਥੋੜ੍ਹੇ ਕੁ ਦਿਨਾਂ ਬਾਅਦ ਮੈਨੂੰ ਲੈ ਗਿਆ ਇੱਥੋਂ ਆਣ ਕੇ। ਇਸ ਜੱਟ ਦਾ ਉਦੋਂ ਇੰਨਾ ਕੁ ਜ਼ਿਆਦਾ ਨਾਂ ਸੀਗਾ ਅਤੇ ਜਿਹਦੇ ਵੀ ਘਰ ਜਾਂਦਾ ਸੀ ਇਸ ਇਨਸਾਨ ਨੂੰ ਕੋਈ ਨਾਂ ਨਹੀਂ ਸੀ ਕਰਦਾ, ਵੀ ਇਹਦਾ ਇੰਨਾ ਕੁ ਲੋਕ ਆਦਰ, ਬਹੁਤ ਜ਼ਿਆਦਾ ਪਿਆਰ ਸੀਗਾ ਜੀ। ਅਤੇ ਉਹ ਤੋਂ ਬਾਅਦ ਆ ਜਿੱਦਾਂ ਚੱਲਦੀ ਰਹੀ ਚੱਲਦੀ ਰਹੀ ਗੇਮ, ਹੋ ਗਈ ਗੱਲਬਾਤ ਸਾਰੀ ਰਾਤ ਨੂੰ ਅਸੀਂ ਬੈਠੇ ਹਾਂ। ਇਹ ਉਦੋਂ ਮੈਂ ਵੀ ਠੀਕ ਸੀਗਾ ਅਤੇ ਆਪਣਾ ਮੋੜ ਦਾ ਸਾਲਾ ਸੀਗਾ, ਉਹਦਾ ਨਾਂ ਸੀਗਾ ਜੱਸਾ, ਉਹ ਕਹੇ ਮੈਂ ਤਕੜਾ, ਮੈਂ ਕਿਹਾ ਨਹੀਂ ਮੈਂ ਜ਼ਿਆਦਾ ਤਕੜਾ ਤੇਰੇ ਨਾਲੋਂ। ਉਹ ਤੋਂ ਬਹਿਸ ਹੋ ਗਈ, ਮੈਂ ਕਿਹਾ ਨਹੀਂ ਮੈਂ ਤਕੜਾ। ਰਾਤ ਨੂੰ ਬਹਿਸ ਬੂਸ ਦੇ ਰਹਿ ਅਤੇ ਸਵੇਰ ਨੂੰ ਮੋੜ ਸਾਹਿਬ ਆਏ, ਮੈਂ ਕਿਹਾ ਮੋੜ ਸਾਹਿਬ ਮੈਂ ਰਹਿਣਾ ਨਹੀਂ ਇੱਥੇ ਹੁਣ। ਅੱਛਾ, ਅਤੇ ਮੈਂ ਬਰਮਿੰਘਮ ਹੀ ਚੱਲ ਜਾਣਾ। ਅਤੇ ਉਦੋਂ ਆਪਣੇ ਮੀਤ ਪਿਆਰਾ ਇਹ ਬਹੁਤ ਜ਼ਿਆਦਾ ਬਰਮਿੰਘਮ ਦੇ ਵਧੀਆ ਬੰਦੇ ਸੀਗੇ, ਮਿਰਜੀ ਅਤੇ ਦੇਵ, ਵਧੀਆ ਵਧੀਆ ਬੰਦੇ ਸੀਗੇ। ਇਹਨਾਂ ਨੂੰ ਮੈਨੂੰ ਫਿਰ ਇੱਥੇ ਲੈਣ ਦਾ, ਅਤੇ ਇਹਨਾਂ ਨੇ ਫਿਰ ਜਿੱਦਾਂ ਜੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਦਿਨ ਫਿਰਦੇ ਰਹੇ, ਆਉਂਦੇ ਰਹੇ ਜਾਂ ਜਾਂਦੇ ਰਹੇ, ਡਿਪੋਰਟ ਹੋਏ ਇੱਥੋਂ ਦੋ ਤਿੰਨ ਵਾਰੀ। ਅਤੇ ਇਹਨਾਂ ਨੇ ਮੈਂ 76 ਦੇ ਵਿੱਚ ਜਾਂ 86 ਦੇ ਵਿੱਚ ਜਾਂ 82 ਦੇ ਵਿੱਚ ਆਇਆ, ਇਹਨਾਂ ਨੇ ਇੰਨਾ ਕੁ ਜ਼ੋਰ, ਮੌੜ ਸਾਹਿਬ ਨੇ ਇੰਨਾ ਕੁ ਜ਼ੋਰ ਮਾਰਿਆ, ਗੱਲ ਛੱਡ ਦਿਓ ਵੀ ਇਹਨੂੰ ਬੰਦੇ ਨੂੰ ਬਾਹਰ ਮੈਂ ਕਢਾਉਣਾ ਹੀ ਕਢਾਉਣਾ। ਏਅਰਪੋਰਟ 'ਤੇ ਮੈਂ ਬੰਦ ਸੀਗਾ, ਜਿੱਦਾਂ ਏਅਰਪੋਰਟ ਤੋਂ ਨਿੰਘਣ ਨਹੀਂ ਸੀ ਦਿੱਤਾ। ਅਤੇ ਉਹ ਕੋਈ ਸਮਾਂ ਹੁੰਦਾ ਜੀ, ਗੁਰੂ ਮਹਾਰਾਜ ਆਪੇ ਕੱਢ ਕੁੱਢ ਦਿੰਦਾ ਇੱਦਾਂ ਹੌਲੀ ਹੌਲੀ। ਇੰਡੀਆ ਦੀ ਟੀਮ ਆਈ, ਫਿੱਡੂ, ਮੰਗੀ, ਨੇਕੀ, ਇਹ ਬਰਮਿੰਘਮ ਵੱਲ ਖੇਡ ਗਿਆ। ਅੱਛਾ ਜੀ, ਅਤੇ ਉਦੋਂ ਸੀਗਾ ਬੇਦੀ ਸੀਗਾ ਲੰਡਨ ਵਾਲਾ, ਉਹਦਾ ਬੜਾ ਜ਼ੋਰ ਸੀ ਐਮੀਗ੍ਰੇਸ਼ਨ 'ਚ। ਉਹਨੇ ਖੀਰੀ ਆਣ ਕੇ ਜੀ ਮੁੜ ਕੇ ਜਵਾਬ ਦਿੱਤਾ, ਕਹਿੰਦਾ ਵੀ ਭਗਵਾਨ ਤੇਰਾ ਕੰਮ ਨਹੀਂ ਬਣਨਾ, ਕੰਮ ਨਹੀਂ ਬਣਨਾ। ਪਰ ਇਸ ਬੰਦੇ ਦੀਆਂ ਜਿਹੜੀਆਂ ਯਾਦਾਂ ਜੀ, ਉਹ ਨਾਂ ਲੋਕਾਂ ਨੂੰ ਭੁੱਲਣੀਆਂ ਹੀ ਆ।
ज़्यादा वधिया बंदा सीगा जी कबड्डी के खेत्र दे विच रब सीगा एक उहो जी बाबा बोड़ जिहनूं कबड्डी का कहा जाता तो उस बंदे नूं ना भी कोई नहीं सी करदा मैं तो उहदे जिद्दां इत्थे प्यारे भाजी दे असीं पापू भी जांदे रहे हर सैचरडे मेरी जी एक होर गल सुनियो आम बंदा अपने बजुर्गां नाल गल्लां नहीं कर सकता जिहड़ियां मैं उहनां गल्लां कर लैंदा सीगा माई गाड़ उहने कहना चुप कर बोलिया चुप कर इदां दा रूह वाला बंदा घट मिलूगा तुहानू जी बहुत घट मिलूगा बहुत वड्डी गल आ एक गल जदों उन्हां दी मैनूं पता कि बोली उन्हां दी रुखी भी सी और रुखी दा कारण इह सी अंदर दिल च नहीं सी रखदे सन कि चलाकी नहीं सी जो संत सुभा इहनूं कहा जांदा है कि जो बंदे दे अंदर है पुराने कई बार आपां गल करदे हां पुराने डेरियां दी जे गल कर लो कि साधू बड़े कौड़े हुंदे सन उन्हीं संगत आई दे डंडा भी फेर देना गालां भी कढ़ लैणियां ते बंदिआं ने कई बार संगत ने सोचणा है भी ये खरे पता नहीं पर उन्होंने दिल च नहीं सी कुछ गल हुंदी बनावटी नहीं सी हुंदे सन असी अज मेरे हिसाब नाल जिन्नियां गल्लां करिए अज साडा ये प्रोग्राम करन दा मकसद ये है कि जिन्हें शब्द असी कह लईए वो थोड़े पैंदे ने मैं शेरगल साहब तुहाडी जिहड़ी टीम आ जिहड़ी पहली जिहड़ी बनाई आ ते जेको तुहानूं याद होवे भी किहड़े सन च बनाई आ सिख जिहड़ी यूनाइटेड वुलवरहैम्पटन जिहड़ी तुसीं बनाई आ पंजाब यूनाइटेड वुलवरहैम्पटन ते प्लेयर किहड़े किहड़े लैके आंदे सी ते कप कने दिते सी कोई याद है ना तां जी कोई कप्पां दी गिणती है जी अच्छा जी कोई गिणती नहीं ते प्लेयर कोई जिहड़ा भी उपर दा छड्डिया नहीं कोई छड्डिया नहीं कोई मोड़ साहब ने जिते एक बारी अख टग गई मोड़ साहब दी ओह लै कर मोड़ साहब दा इह सीगा जी इंडिया जांदे आ ते उहनां ने कोई दिन इदां दा नहीं कि घर बैठे आ कबड्डी ते यहां मैच किते भी होवे जिद्दी दूर मर्जी होवे तखड़ा कारोबार सी मन्ना दा कारोबार सांभिया नहीं फिर कबड्डी करके नहीं कबड्डी दे लेखे लाता जी सारा कुछ नहीं तो बंदा जो उदों दा जे उन्हां दा किहड़े थां दी मुणे भाजी गल करदे दुध दा जो उदों दा कारोबार सी हुण तां वड्डे तकरीबन इंग्लैंड च सप्लायर ही महेंद्र सिंह दा होणा सी जी अज 82 81 च 82 81 बिलियन एयर बंदा होणा सी अज जो अपने कारोबार वाले ध्यान दिंदा ते उहने सब कुछ ऐसे लेखे लाता ध्यान दित्ता कमला ना जी बिलकुल इंडिया भी जांदा हुण इस टाइम ते भी दो दिन आनंदपुर साहिब फुंडी फड़ के जांदे रहे ਨਹੀਂ ਇਸ ਉਮਰ ਦੇ ਵਿੱਚ ਜਿਸ ਤਰ੍ਹਾਂ ਦੀ ਉਹਨਾਂ ਦੀ ਸਿਹਤ ਸੀਗੀ ਹੋਈ ਉਹ ਥੋੜੀ ਡਾਊਨ ਦੇਖੀਆਂ ਤਸਵੀਰਾਂ ਖੁੰਡੀ ਤੇ ਬੰਦਾ ਕਹਿੰਦਾ ਛੱਡੋ ਪਰ ਐਡੀ ਦੂਰ ਮੈਂ ਕੀ ਕਰਨ ਜਾਣਾ ਤਖੇਮਾ ਹੋ ਜਾਂਦਾ ਗੱਡੀ ਦੇ ਵਿੱਚ ਕਿੰਨੀ ਵਾਟ ਹੈ ਕਾਲੇ ਸੰਘਿਆ ਤੋਂ ਆਨੰਦਪੁਰ ਸਾਹਿਬ ਦੀ ਦੋ ਦਿਨ ਲਗਾਤਾਰ ਜਾਂਦੇ ਰਹੇ ਆ ਕੋਈ ਤਖੇਮਾ ਨਹੀਂ ਕਬੱਡੀ ਲਈ ਇੰਨਾ ਗੱਲ ਤਾਂ ਹੈ ਵੀ ਤੁਸੀਂ ਸਤਿਕਾਰ ਵੀ ਬਹੁਤ ਕਰਦੇ ਮੇਰੇ ਹਿਸਾਬ ਨਾਲ ਇਹਨਾਂ ਤਾਂ ਆਪਣੇ ਸਕੇ ਬਾਪ ਨੂੰ ਨਹੀਂ ਕੋਈ ਪਿਆਰ ਕਰਦਾ ਮੈਂ ਤੁਹਾਡੇ ਸਾਰਿਆਂ 'ਚ ਛੋਟੇ ਤੋਂ ਵੱਡੇ ਤੱਕ ਦੇਖਿਆ ਤਕਰੀਬਨ ਜਿੰਨੇ ਬਾਕੀ ਬੁਲਾਉਂਦੇ ਕਿੰਨੇ ਹੋਰ ਹੋਣਗੇ ਹਾਂਜੀ ਮਹਾਰਾਜ ਨੇ ਜੀ ਸਾਨੂੰ ਤਾਂ ਇੱਕ ਜਾਣੀ ਕਿ ਆ ਬਈ ਰੱਬ ਦਿੱਤਾ ਸੀ ਸਤਿਕਾਰ ਤਾਂ ਇਹ ਤੋਂ ਪਰੇ ਕੀ ਸੀ ਸਾਨੂੰ ਹਰ ਇੱਕ ਦੁੱਖ ਸੁੱਖ ਉਹਦੇ ਨਾਲ ਸੀ ਮੇਰਾ ਖਿਆਲ ਜਿੰਨੇ ਅਸੀਂ ਬੈਠੇ ਹਾਂ ਕੋਈ ਬੰਦਾ ਇੱਦਾਂ ਦਾ ਨਹੀਂ ਹੋਊਗਾ ਜਿਹੜਾ ਉਹਦੇ ਨਾਲ ਪਤਾ ਨਹੀਂ ਬਾਕੀ ਤਾਂ ਪਤਾ ਨਹੀਂ ਮੈਂ ਅਸੀਂ ਤਾਂ ਸਾਰਾ ਦੁੱਖ ਸੁੱਖ ਕਰ ਲਈਦਾ ਸੀ ਜੋ ਵੀ ਹੋਣੀ ਗੱਲ ਇਹ ਨਹੀਂ ਕੱਲੀ ਕਬੱਡੀ ਵਾਲੀ ਉੱਦਾਂ ਵੀ ਬੈਠ ਕੇ ਜਾਰੀ ਕਹਿੰਦੇ ਪੇ ਪੁੱਤ ਦੀ ਜਾਰੀ ਵੀ ਹੁੰਦੀ ਹੈ ਇਹ ਵੀ ਬੜੀ ਵੱਡੇ ਆ ਤੋਂ ਬਿਨਾ ਉਹਨਾਂ ਨੇ ਜਿਹੜੇ ਹਰ ਦੁੱਖ ਸੁੱਖ ਕਰਨਾ ਖਿਡਾਰੀਆਂ ਤੋਂ ਬਿਨਾ ਜਿਹਦਾ ਬਾਕੀ ਲੋਕਾਂ ਦਾ ਭਲਾ ਕੀਤਾ ਉਹ ਕੋ ਗਿਣਤੀ ਨਹੀਂ ਹੈਗੀ ਮੁੰਡੇ ਭਾਜੀ ਤੁਹਾਡੇ ਪਿੰਡ ਦੀ ਜੇ ਗੱਲ ਕਰੀਏ ਤੁਹਾਡੇ ਪਿੰਡ ਇੱਕ ਕਿੰਨੇ ਇੱਕ ਬੰਦੇ ਹੋਣਗੇ ਜੇ ਤੁਹਾਡੇ ਪਿੰਡ 'ਚੋਂ ਗਿਣਤੀ ਕਰਨੀ ਹੋਵੇ ਜਿਹੜੇ ਕਿ ਮਹਿੰਦਰ ਸਿੰਘ ਮੌੜ ਨੇ ਕਬੱਡੀ ਜਾਂ ਕਬੱਡੀ ਤੋਂ ਬਗੈਰ ਬਾਹਰ ਲਿਆਂਦੇ ਹੋਣ ਹਾਂਜੀ ਕਬੱਡੀ 'ਚ 84 ਤੋਂ ਪਹਿਲਾਂ ਮੈਂ ਹੀ ਹਾਂ ਪਹਿਲਾ ਪਲੇਅਰ ਮੈਂ ਹੀ ਸੀਗਾ ਕਰਕੇ ਇਹਨਾਂ ਕੋਲ ਘੁੱਗੀ ਆਪਦਾ ਭਤੀਜਾ ਤਕੜਾ ਪਲੇਅਰ ਸੀਗਾ ਘੁੱਗੀ ਦਾ ਬ੍ਰਦਰ ਵੀ ਅਤੇ ਮੈਂ ਉਦੋਂ ਦੀ ਗੱਲ ਕਰਦਾ ਕਿ ਜਦੋਂ ਇਹ ਜਿੰਨੀਆਂ ਕੁ ਆਪਾਂ ਗੱਲਾਂ ਸੁਣੀਆਂ ਆ ਜਦੋਂ ਇਹਨੇ ਬਾਂਸਾ ਢੰਡੋਲੀਆ ਅਤੇ ਸੁਰਜੀਤ ਅਤੇ ਬਿੰਦਰ ਰੱਖੇ ਆ ਇਹ 74 'ਚ ਜਦੋਂ 74 'ਚ ਟੀਮ ਆਈ ਹੈ ਇੱਥੇ ਇਹ ਉਹ 'ਚ ਰੱਖੇ ਆ ਵਿਆਹ ਕੀਤੇ ਇਹਨਾਂ ਦੇ ਅਤੇ ਫਿਰ 77 'ਚ ਜਦੋਂ ਟੀਮ ਆਈ ਆ ਫਿਰ ਭੱਜੀ ਰੱਖਿਆ ਡਬਲ ਟੱਚ ਨੀ ਹੋਣ ਦਿੱਤਾ ਇਹਨਾਂ ਨੇ ਕਦੀ ਸੁਰਜੀਤ ਗੱਭੇ ਹੁੰਦਾ ਸੀ ਘੁੱਗੀ ਤੇ ਬਿੰਦਰ ਸਾਈਡਾਂ ਤੇ ਨਿੰਦਰ ਮਜਿਹਾਇਰ ਰੇਡਰ ਸੀ ਬਾਬਾ ਕੋਹਲੀ ਰੇਡਰ ਸੀਗਾ ਤੇ ਜੱਸਾ ਬਾਂਸਾ ਲੈਂਬਰ ਲਿੱਤਰਾਂ ਦਾ ਰੈਸਟਰ ਰਹਿੰਦਾ ਸੀ ਤੇ ਉਹਦਾ ਇਹ ਸੀ ਕਿ ਮੈਂ ਮੋੜਾ ਖੇਡਣਾ ਹੀ ਤੇਰੇ ਲਿਆ ਕਬੱਡੀ ਖੇਲੀ ਹੈ ਹਾਂਜੀ
मैं ये नहीं कहूँगा हूँ तो इतने तक सानू कई बार मिलने सुनने लग जाता अही तो सारे मेरा अपना वाह कबड्डी ना 2013 च पिया एज ए दूजे चैनल करके थोड़ा पता है तो मैं बड़े बंदियां नू मिलना कई बार पार्टी से भी मिलना कई साढ़े मन च गिला भी रखना है तू ना मेरे ना गल करनी मैनू दसना एवं कि तेनू पता कबड्डी किन स्टार्ट की सी मैं सोचता हूं भी किसी ने कोई किसी का होर ना लेना घुमा घुमू के उंगली कहना मुके मैं मैं तकरीबन यह सुनया है मैं हूं ना भी लै सकता हाँ जी मैंने पता मैं जो गल महेंद्र सिंह मौर की गल करते आप कोई जलसी नहीं कहते भी कबड्डी हर बंदे लगता कि मेरे जिड्डा बड़ा नहीं कोई प्लेयर हैगा पर तुसी उन्हां दे नाल जे गल करिए तो मौजूदा हालातों की कबड्डी की गल कर लो कबड्डी का म्यार कितने डाउन गया कि अप गया बहुत डाउन गया जी वैसे जदों तो मौर साहब ने है ना सैर फेरिया कबड्डी लई उदों कबड्डी डाउन गई है सिर्फ साडियां जिदा शीरा भाजी कहिंदा साडियां साडी चौधरां ने साडियां ने साडी मैं ने असी कबड्डी लई नहीं सोचिया असी आपणे लई सोचिया असी मैं हुण कह दवां मेरे तो पैसे आ गाणा बना दिओ जी मैं कबड्डी का प्रमोटर हाँ मैं फलाना ये जी पेपर च 250-300 पाउंड लगता पेपर का लिखण लई ये कबड्डी का कोहिनूर हीरा है ना तो मैं फिर सवरने नूं फोन किया सवरना दा पाली मैं कहा सवरने जद ये कबड्डी का कोहिनूर हीरा सीगा बिंदर माल ते काटो तो सानू बड़ा चा सीगा असीं कनेडा टोरंटो मैं इन्हां नाल ऑलरेडी खेडिया किला रायपुर भी मैच होए दो तीन दा खेडे एक मैच रुड़ के लो भी लाया मंडीकर नालों जाने के अंकल नूं जो दसना कि अंकल मैं उन्होंने तो है ना इदा फाल नहीं होया है ना अंकल ने कहना मेहनत होर करो मेहनत करया करो आप ग्राउंड दे विच अंकल शाम नूं जांदा हुंदा सी उहदा पक्का उन्हां टाइमां दे विच दुध दे तीन ट्रक हुंदे सी तिना ट्रकां दे बह के जिदा ट्राली दी गल है 84 दी ट्रक उस वेले तीन सीगे 85 दे विच हां जी तीन ट्रक सी इक स्पेयर रख्या सीगा ते अंकल ने जिदा प्लेयर जिहड़े है ना अंकल दे बोई भी तो पिछे फुटबॉल खेडन बिट मोरी सारे अपना ही एरिया से शीरे दे सौरा साहब भी उत्थे सारा टब्बर इन्हों का परिवार काफ़ी वड्डा इहदे सौरियां वालों वो भी सारे उन्होंने न्याणे फुटबॉल खेडन ट्रक के पिछे बह के जाते थे तू देख ला भी हुण जिहड़ा कि सीट बेल्ट लाओ ठीक है बाकी मौड़ साहब ने दो घर बने से वधिया तां अपनी जमीन भी मौड़ साहब ने बनाई आ 5-7 खत्ते इत्थे हैगी आ टैटर हाल दे विच अच्छा जी हाँ जी तो बड़ी माड़े की कृपा पर वो बंदे ने एक गल हैगी कोई बंदा इदा नहीं कि उंगल खड़ के कह दूगा कि मौड़ ने मेरे तो कदे पैसे कबड्डी दे पैसे नहीं खाते ईवन कि जे है ना प्लेयर कोई वीजा लैन भी गया इंडियन एम्बैसी दे विच ब्रिटिश पासपोर्ट से वीजा लवाउन जाने आपां है ना उन्हें ट्राई की कि जे वीजे के पैसे लगे तो मैं दे दूँ और थोड़े क प्लेयर तो नफरत सी जिहड़ा कि उहदा है ना बहुत ज़्यादा चहेता प्लेयर सी गोला जरगला तो मैं कहा अंकल जिदा प्लेयर तो बहुत वधिया सी उस्ताद ना बोले ना भी खेडिया वो बिजली बोर्ड च दविंदर भी खेडिया उन्हें तो मैं कहा अंकल उस की सिफत सी कहिंदा मैं उन्होंने 300 पाउंड दिता सीगा 82 च मैं 300 पाउंड दिता तो उन्हें 200 खर्चा तो 100 कहिंदा मोड़ता उन्हें क्वालिटी यह कहिंदा क्वालिटी चंगी लगी उन्होंने अंकल फिर जिहड़ा रशपाल बिल्ला है ना जो इंस्पैक्टर बनया अंकल जांदा सी पिंडों दिल्ली नूं उदो मैटाडोरा होंदिया सीगिया तो अंकल नूं उन्होंने घेरिया पुलिस वाले ने तो रशपाल अंदर बैठा सीगा इंस्पैक्टर सीगा तो वह मुंडिया ने घेरिया तो अंकल कहिंदा आपदे वड्डे ते गल कराओ है ना साहब नाल गल कराओ अच्छा वह जो देखिया रशपाल ने कि मौड़ साहब आउंदे आ वह उठे तो उन्होंने गोडियां हथलाया तो मौड़ साहब चेयर दी उन्होंने मुंडिया नूं कहिंदा नाल दे जिहड़े गनमैन सी कहिंदा यार तुहानू इह लब्भा सवेर दा फड़न नूं कहिंदा बेहोर बंदा कहिंदा जाओ कहिंदा वीर वूर लैके आओ पहिलां अंकल कहिंदा आपां लेट हो जाणा रशपाल मैं जाणा वी फ्लाइट आ उन्हें अंकल कहिंदा कि मैं मुंडे रशपाल कहिंदा मुंडे नाल भेजदा मैं तो वह कहिंदा तैनू हरियाणा बार्डर नगा के आउणगे राज डक्कू ना कोई तैनू इन्हां ते इन्हां रिस्पैक्ट सीगी उन्हां दी बहुत ज्यादा मैल सिंह भुल्लर बहुत रिस्पैक्ट करदा सी बहुत ज्यादा जे उमर की गल करदे उन्हां दी आपां तकरीबन 1900 जिहड़ा के 31-32 दा जन्म है 86-87 का भी कह सकते हैं जो पासपोर्ट की एक्ट जी उन्होंने 1931 का जन्म है तो 2020 ला लो हूँ तुम हिसाब ला लो 98 साल या 85-86 साल अपनी पूरी वधिया उम्र भोगी है ठीक है समा आउंदा जाना पैना ये कोई दोरावा नहीं पर जे असी हुण अपनी गल करिए मैनू नहीं लगता असी एड्डी उम्र भोगांगे जिड्डी महाराज साहब की कृपा ना पर जो उन्होंने आजादा जो उन्होंने सुभा की गल करते हैं
कोई लकोर भी है नहीं, सारे पता है। पर अज का जो प्रोग्राम है एक छोटी जी असी श्रद्धांजलि उन्होंने दे रहे हैं। शब्द कई बार छोटे पै जाते हैं, कई बार थोड़े को मन के उडे लफ्ज़ नहीं कह सकते उन्होंने जीवन बारे कि जोड़ा उन्होंने जीवन से। बादल शेर गिल जी अपना प्रोग्राम मैं पता भी बड़ा लोग देख रहे हैं, कॉमेंट भी शेयर कर दे, मैं पढ़िया नहीं क्योंकि मेरी आदत मैं नहीं पढ़ता हूँ इन्हें शाम को रात को फिर इन्हें दुआरे चैनल पर भी चला। आप बड़े लोग थोड़ा इस टाइम देख रहे हो तो उन्होंने मेरे संस्कार की तुम कोई गल करते कि हूँ लेट करता डिले करता संस्कार उन्होंने पहला कल न 10 बजे रखे गए थे क्योंकि उन्होंने चाहने वाले जेडे फोन बहुत करी जाते। अच्छा असं आना सू दसो। अच्छा जी, इस करके जेडे प्रशासन ने भी थोड़ी जी बेनती की ना ज्यादा लोग हो, इस करके उन्होंने फिर थोड़ी जी डिले कर लिया कि 17 तरीक न शायद उत्थे लॉकडाउन खुल जाए। भी जेडे आ जेडे जिन्हें भी प्रशंसक है उन्होंने चाहने वाले आना चाहते आता करके उन्होंने लेट करने पे। हूँ हजे पक्की डेट नहीं रखी तो 16 तरीक तो बाद दसन गए जो कोई अलाउंस होया लॉकडाउन खुलता या नहीं सलाह करके जरूर इत जरूर करांगे। जदा जुड़िया रहन गई जिन्ना चिर कबड्डी चलूगी जिन्ना चिर असीं कबड्डी दे विच साडे साह आ साडे नाल जदा सदा जुड़िया रहन गईआं असी उन्होंने भुल नहीं देंगे क्योंकि साड़ी क्लब जी है ना वह महिंद्र सिंह मौड़ की क्लब है तो ये मौड़ के नाते चलूगी महिंद्र सिंह मौड़ के नाते ही जिन्ना चिर असी कबड्डी के उन्होंने ना नहीं उन्होंने समर्पित रहेगी जी। कबड्डी का हुण की भविख है कि जो तुहाडे कोल सवाल यह भी पुछ लैंदे नाल भी हुण किद्दां इंग्लैंड दे विच बड़ा लोग तुसीं अपनियां यादां दस रहे हो महेंद्र सिंह मौड़ ने किवें आण के इंग्लैंड च जिस बंदे ने बूटा लाया गल बूटे लाए दी हुंदी है ये उस तो बाद कई बार थोड़े तो जागृति वधिया भी कर सकते पर जदों जिन्हें मुड़ तो स्टार्ट करनी है वह जिहड़ी कबड्डी नूं इंग्लैंड दे विच एक वड्डे वड्डे प्लेयर नामी जिहड़े कि हुण उदां दे जोधे है भी नहीं जिदा दे प्लेयर उन्होंने लियांदे ने इहदा की भविख है। हुण मैनूं लगदा इंग्लैंड च तां हुण जमें ही कई साल हो गया लोग पुछते हैं साढ़े को भी कोई खास सवाल नहीं होंगे मैं कहना चल अच्छे को सवाल पूछ लें जी। तो भाजी कबड्डी का भविख जो इंग्लैंड के पिछले 3-4 साल तो बहुत ज़्यादा धुंधला हो गया सगा तो जिद असर नौजवानों से पै रहा जिदा ये मुंडा बहुत वधिया मैं देखा जिथे तक सुखबीर जो आप देखते हैं तो यह बड़ा वधिया 3 साल जो मर गए ने ना 3 साल बहुत वधिया स्टार बन सकता से। सही गल है भाजी तो थोड़ा जहा आ चलो थोड़ी जी आपसी खिचोतान करके कबड्डी दे जड़ी इंग्लैंड दी कबड्डी जड़ी सी बहुत बंद हो गई सी थले चल गई सी लेकिन चलो महाराज की कृपा दे नाल कुछ मोहने भाजी हुणी होर साडे कुद्दा भाजी मोहनी भाजी इन्हां दे उद्दम दे नाल दोनों फैडरेशन इकट्ठियां हो गईआं सारा कुछ इस वेले लैण ते सी इस साल टूरनामेंट बाकिया हो गया सी कोरोना वायरस करके हो गया कोरोना वायरस करके होए आ नहीं तां होणे सी मैच बिलकुल होणे सी असीं प्लेयर भी लए सी सारे प्लेयरां ते साइन कराए हो सी बिल्कुल इस साल टूरनामेंट होने सी ते आ जिहड़ी प्रॉब्लम आई है इस साल कोरोना वायरस आस कर सकदे हां अगले साल होणगे डेफिनेटली होणगे बहुत जिहड़ा होम ऑफिस दे नाल भी जिहड़ा सारा कुछ डिस्ट्रीब्यूट से क्लीयर हो गया वह क्लीयर हो गया ते आने वाले सालों दे विच कबड्डी जिद्दां पहली सीगी इसे तरह इंग्लैंड दे विच कबड्डी देखण नूं मिलेगी। लेकिन मैं एक तुहाडे अज चैनल दे उत्ते इत्थे बैठे आ सारे भरा बेनती करनी चाहुंदा कि जदे अजे भी फैडरेशनां जिहड़ी आ दो इकट्ठियां तां होईआं जिहड़ा आपस विच ही उन्हों दा दिल वा वो नहीं मिलते। सो मेरी हाथ जोड़ के बेनती आ कि वीर मेरे हो बहुत समा लंघ गया हुण देख लो इस वेले कोरोना वायरस ने वह कुछ करके दिखा दिता अजे रब नूं याद करके तुसीं कट्ठे दिलां दे विचों सारा कुछ भुला के कट्ठे हो जाओ एक फैडरेशन हुण मौका मिलना तुहानूं बनी नवीं फैडरेशन बननी आ कि अपने चौधरां नूं छड्ड के एक थे कट्ठे हो के जे कबड्डी लई कुछ करना चाहुंदे तां कर लो नहीं तां वीर मेरे बाकी होर किसे नूं मौका दे दिओ जिहड़ा कोई करना चाहुंदा उहनूं करन दिओ ते मेरे वांगू तुसीं वी असीं वी पिछे बैठण नूं तैयार आ सानूं असीं कहा सी पहले मैं पिछले सालां च वी कहा सी वी जे साडे नाल कोई प्रॉब्लम आउंदी असीं 2 साल टीम नहीं बणाउंदे जदों तुसीं सानूं कहोगे असीं मुड़ के टीम लै के आ जाएंगे इकट्ठे हो जाओ गल तां करदे कि जिहड़ा 1955 तों आण के
जो महेंद्र सिंह मौड़ होना ने किया अज वह इस दुनिया से नहीं साढ़े बच्च पर उन्होंने यादा साढ़े बच्च ने बंदे ने चले जाना वैसे करोना वायरस ने तो कम जो हरेक का भुलेखा कड़ता है हर बंदे ये लगता है कि दुनिया मेरे तो बगैर नहीं चलनी मेरा कारोबार मेरे सिर पर आ मेरा परिवार मेरे सिर पर आ हर भुलेखा दूर हो गया परिवार को मिलन का भी मौका नहीं मिलया चंगे चंगे जिहड़े अमीर बंदे इत्थे तक आ भी 300 दे लागे छागे अज तो चार हफ्ते पहला 226 अंकड़ा सीगा अरबपतियां दा कि अरबपति 226 मरे ने जिहड़े करोना वायरस दे नाल पर हुण शायद हो सकदा अंकड़ा बड़ा ज़्यादा हो गया होवे मैं पुष्टि नहीं इस गल दी करदा चले असीं भी जाणा पर काम वो करिए कि जिवें इह बाबा महेंद्र सिंह मौड़ नूं लोक याद करदे ने बाबा बोड़ दा खिताब सुखबीर मैं तुहाडे कोल सवाल पुछदा वी जिहड़ी कबड्डी दे तहत ही आपां गल करदे वी जिहड़ी कबड्डी नहीं चल रही हूँ इतने 3 साल तो पिछले तो थोड़ी गेम से किन्ना असर पिया दा पता हों मेहनत शुरू 9 महीने हो जाती सी मार्च तक मेहनत होंगी सी फिर उस बाद ग्राउंड प्रैक्टिस से ग्राउंड से मैच होंगे सी हूँ 3 साल मैं इंग्लैंड लगता 6 मैच खेलिया हाँ जी तो हूँ तुम कंपेयर करो इंडिया बारे मैच इंडिया कोई प्लेयर हो हाँ जी इंडिया दे बेच एक प्लेयर मिला था 7 दिन 6 मैच खेल जाता हूँ कहना वह प्लेयर इंग्लैंड होना या उसकी कितनी एक्सपीरियंस होना मैच प्रैक्टिस तो उ इंग्लैंड का प्लेयर 3 साल 6 मैच और ही हूँ मेरे किन्ने नाल दे उम्र दे सी वो सारे तकरीबन अपने कम्मा च लग गए नहीं कम्मा च लग गए कि यूके दे प्लेयर सी हाँ जी वो हूँ साडी फैमिली की जिद कह दो या शदा या सादी फैमिली कबड्डी मगर रहना एक मैं ही रह गया हाँ जी नहीं बट आह चीज हम सा फैमिली हम असि सवेर उठना मैं नाना जी नहीं कदी गया से उन्होंने अच्छा। मोड़ चाचा ही गया पहले दिन अच्छा, मोड़ चाचा जीतेम की रीस करते होंगे सी अच्छा, अच्छा। चाचा सी असी मोड़ चाचा कहते रहे तो सवेर उठना उ मोड़ चाचा अच्छा कबड्डी अच्छा मैच देखी अच्छ उ मैच अज वो मेला आ कबड्डी 365 ला लेनी सवेर तो शामा तक आ ही रहा तो आही रीजन है कबड्डी च असी रहे हूँ बहुत ज्यादा हो 16 तारीक हॉस्पिटल गए असि रोज वीडियो कॉल करते होंगे फोन फोन रोज ही करना कितने हो यूरोप च होगा मैच खेलता उन्होंने मैं फोन आना तो वो इंडिया हो रोज फोन असी करना ही करना रोज कला हैलो चाची जी कि ठीक है रोटी पानी खा लिया दवाई लै ली बस बद होर कोई गल नहीं लोड़ ही नहीं करन दी गल मोहरे हुंदा सी कदी लोड़ नहीं पई गल करन दी उत्थे ही सारे आंसर मिल जाते जो मर्जी होवे ते किनो दा हॉस्पिटल सी रोज़ फेस टाइम करते होंगे देखने रोज़ इंपरूवमेंट तो एक दिन पहलो 6 बजे सवेर नू डैथ हुई तो रात नू पहलो फेस टाइम किया खबर झूठी है पर अज परिवार की जो गल थोड़े सारे की करिए है तो मैं पता शब्द तो नहीं कह सकते हर परिवार से जो इदा पी कुछ कहना चाहते जो लोग थोड़ा देख रहे इस टाइम आखिर काफ़ी सारे तकरीबन सपोर्ट बहुत ज्यादा दिती कहन आही बहुत ज्यादा सारे दे सपोर्ट दिती हूँ इतने मोना मामा से असी उन्होंने फोन किया चाचा जी इदा हॉस्पिटल आ उन्होंने तुम ट्राई करो उन्होंने कन्ना च बोलन फोन थ्रू शायद वो कुछ करे या कुछ उन्होंने मूवमेंट हो अचानक जीता मा गया कहना चाचे जी ठीक हो जाना अखा खोल लिया पहले दिन हॉस्पिटल दे गया सी डॉक्टर आदि अखा नहीं खोलनिया शायद मुश्किल आ तो कहना जीता मा बोले वो कन्ना च अखा खोलन लग गया तो मोना मामा रोज़ फोन करते होंगे से उन्होंने पूरी 8 वीक 16 तारीक न 16 तारीक नूं बिठाया सी उठ जो अखा खोलिया
ਅਤੇ ਮੈਂ ਉੱਦਾਂ ਹੀ ਕਹਿੰਦਾ ਸੀ ਤੁਸੀਂ ਛੁੱਟੀ ਹੋ ਜਾਣੀ ਠੀਕ ਹੋ ਜਾਣਾ ਅਤੇ ਹੱਸਣ ਲੱਗ ਜਾਂਦੇ ਹੁੰਦੇ ਸੀ ਮੂਹਰੇ ਐਂਡ ਕਿਤੇ ਸਮਾਈਲ ਉਹਨਾਂ ਦੀ ਬਹੁਤ ਜ਼ਿਆਦਾ ਸੋਹਣੀ ਸੀ ਹੱਸਣ ਲੱਗ ਜਾਂਦੇ ਸੀ ਅਤੇ ਦੂਏ ਦਿਨ ਫਿਰ ਸਵੇਰ ਨੂੰ ਪਤਾ ਲੱਗ ਗਿਆ ਬਹੁਤ ਵਧੀਆ ਤੁਹਾਡਾ ਧੰਨਵਾਦ ਪਿਆਰਾ ਜੀ ਤੁਸੀਂ ਲਾਸਟ ਵਿੱਚ ਕੀ ਕਹਿਣਾ ਚਾਹੁੰਦੇ ਇੱਕ ਗੱਲ ਮੈਂ ਉਹਨਾਂ ਨੇ ਇਹ ਵੀ ਕਹਿ ਦੇਵਾਂ ਆਪ ਸੋਹਣੇ ਸੁਨੱਖੇ ਵੀ ਬਹੁਤ ਸੀਗੇ ਰੰਗ ਉਹਨਾਂ ਦਾ ਸ਼ਾਇਦ ਹੁਣ ਤਾਂ ਬਲੱਡ ਪ੍ਰੈਸ਼ਰ ਵੀ ਹੋ ਸਕਦਾ ਵੀ ਲਾਲ ਗੇਰੂ ਵਾਂਗੂ ਰੰਗ ਰਹਿਣਾ ਮਹਿੰਦਰ ਸਿੰਘ ਮੌੜ ਦੇ ਜਦੋਂ ਕਲਰ ਦੀ ਗੱਲ ਕਰਦੇ ਹਾਂ ਸ਼ੁਗਲ ਵੀ ਕਰਦੇ ਕਈ ਵਾਰ ਗੱਲ ਕਰਦੇ ਮੈਨੂੰ ਮੂਹਣੇ ਹੁਣਾਂ ਨੇ ਗੱਲ ਵੀ ਸੁਣਾਈ ਕਿਤੇ ਕਿਤੇ ਕੋਈ ਇੰਟਰਵਿਊ ਦੇਣੀ ਸੀ ਅਤੇ ਉਹ ਕਹਿੰਦੇ ਵੀ ਥੋੜ੍ਹਾ ਮੇਕਅਪ ਲਾ ਲਈ ਉਹ ਕਹਿੰਦੇ ਵੀ ਮੇਰੇ ਤਾਂ ਨੇ ਮੂਹਣੇ ਦੇ ਜ਼ਿਆਦਾ ਜ਼ਰੂਰਤ ਹੈ ਮਤਲਬ ਇੰਨੇ ਸਮਾਰਟ ਸੁੰਦਰ ਜਿੱਥੇ ਇੱਕ ਅੰਦਰੋਂ ਸੁੰਦਰਤਾ ਹੀ ਕਬੱਡੀ ਪ੍ਰਤੀ ਸੀ ਉਹਨਾਂ ਦੀ ਬਾਹਰੋਂ ਵੀ ਜਿਹੜੀ ਉਹ ਸੁੰਦਰਤਾ ਬਹੁਤ ਸੀਗੀ ਪਰ ਅਸੀਂ ਜੀ ਕੀ ਕਹਿਣਾ ਚਾਹੁੰਦੇ ਲਾਸਟ ਵਿੱਚ ਯਾਦਾਂ ਰਹਿ ਗਈਆਂ ਜੀ ਉਹ ਤਾਂ ਜਿਹੜੀਆਂ ਹੈਗੀਆਂ ਉਹਦੇ ਯਾਦਾਂ ਚੇਤਾ ਰਹਿਣਾ ਉਹਦਾ ਜਿੰਨੇ ਚਿਰ ਜੀਂਦੇ ਹਾਂ ਬਸ ਹੋਰ ਤਾਂ ਇਹ ਤੋਂ ਪਰੇ ਕੋਈ ਗੱਲ ਨਹੀਂ ਸਿਰੇ ਭਾਅ ਜੀ ਕੀ ਕਹਿਣਾ ਚਾਹੁੰਦੇ ਅੱਜ ਕਬੱਡੀ ਦੀ ਗੱਲ ਚੱਲ ਰਹੀ ਹੈ ਜਿੱਥੇ ਕਿ ਉਸ ਬੰਦੇ ਨੂੰ ਤੁਸੀਂ ਹਰ ਪਲ ਬੜਾ ਮਾਣ ਵੀ ਦਿੱਤਾ ਉਹਨਾਂ ਤੁਹਾਨੂੰ ਮਾਣ ਬੜਾ ਦਿੱਤਾ ਲੋਕ ਦੇਖ ਰਹੇ ਨੇ ਕਬੱਡੀ ਦਾ ਕੋਈ ਮਿਆਰ ਬਾਹਲਾ ਵਧੀਆ ਹੈ ਨਹੀਂ ਜਿਸ ਹਿਸਾਬ ਨਾਲ ਉਹਨਾਂ ਨੇ ਜਿਹੜੇ ਸਮਿਆਂ ਦੇ ਵਿੱਚ ਕਬੱਡੀ ਨੂੰ ਪ੍ਰਮੋਟ ਕੀਤਾ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹ ਇਹ ਕਹਿਣਾ ਚਾਹੁੰਦਾ ਕਿ ਜੋ ਮੌੜ ਸਾਹਿਬ ਕਰ ਗਏ ਆ ਉਹ ਮੁੜ ਕੇ ਕਬੱਡੀ ਲਈ ਨਹੀਂ ਹੋਣਾ ਅੱਜ ਜੋ ਕਬੱਡੀ ਦੇ ਵਿੱਚ ਹੋ ਰਿਹਾ ਜਿੱਦਾਂ ਬਹਾਦਰ ਸਾਹਿਬ ਉਹਨਾਂ ਨੇ ਬਹਾਦਰ ਭਾਅ ਜੀ ਨੇ ਵੀ ਕਿਹਾ ਵੀ ਖਿੱਚੋ ਧੂਈ ਜ਼ਿਆਦਾ ਆ ਉਹਨੂੰ ਛੇ ਛੱਡ ਦਈਏ ਇੱਕ ਪਲੇਟਫਾਰਮ 'ਤੇ ਸਾਰੇ ਇਕੱਠੇ ਹੋ ਜਾਈਏ ਅੱਜ ਸਾਨੂੰ ਕਰੋਨਾ ਨੇ ਉਹਦਾ ਸਖਾਤ ਬਹੁਤ ਕੁਝ ਦਿੱਤਾ ਜੇ ਇਹ ਤੋਂ ਹੀ ਲੈਸਨ ਲੈ ਲਈਏ ਵੀ ਕੁਛ ਨਹੀਂ ਰੱਖਿਆ ਮੈਂ ਦੇ ਵਿੱਚ ਇੱਕ ਦਿਨ ਸਾਰਿਆਂ ਨੇ ਤੁਰ ਜਾਣਾ ਇਕੱਠੇ ਹੋ ਕੇ ਜੇ ਕਬੱਡੀ ਲਈ ਕੁਛ ਹੁੰਦਾ ਤਾਂ ਸਾਰੇ ਇੱਕ ਪਲੇਟਫਾਰਮ 'ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਰਿਆਂ ਨੂੰ ਚਲੋ ਫੈਡਰੇਸ਼ਨ ਸਾਡੀ ਇੱਕ ਹੋ ਗਈ ਆ ਹੁਣ ਦਿਲ ਵੀ ਇੱਕ ਹੋ ਜਾਣਾ ਕਿਰੇ ਭਾਈ ਤਾਂ ਲੱਗਦਾ ਨਹੀਂ ਵੀ ਜਦੋਂ ਤੱਕ ਤੁਸੀਂ ਅਨੰਦਪੁਰ ਸਾਹਿਬ ਇਕੱਠੇ ਨਾ ਹੋਏ ਗੱਲ ਬਣਨੀ ਨਹੀਂ ਪੂਰੀ ਨਹੀਂ ਅਸੀਂ ਅੱਗੇ ਵੀ ਕਈ ਵਾਰੀ ਗੱਲ ਹਰੇਕ ਵਾਰੀ ਹੋ ਜਾਂਦੀ ਆ ਇਕੱਠੇ ਹੋਣ ਦੀ ਉਹ ਐਂਡ 'ਤੇ ਜਾ ਕੇ ਛੋਟੀ ਜਿਹੀ ਗੱਲ 'ਤੇ ਫਿਰ ਕਦੇ ਅੜ ਜਾਂਦੀ ਹੈ ਸਟਾਰਟਿੰਗ ਉੱਥੋਂ ਚਾਹੀਦੀ ਹੈ ਕਿ ਅਗਲੇ ਸਾਲ ਮੈਚ ਜਿਹੜੇ ਆ ਉਸ ਤੋਂ ਵਾਧਾ ਹੋਣੇ ਨੇ ਗੁਰੂ ਸਾਹਿਬ ਦੀ ਧਰਤੀ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸੇ ਦਾ ਜਨਮ ਹੋਇਆ ਜੇ ਪਹਿਲ ਉੱਥੋਂ ਸ਼ੁਰੂ ਕਰੋ ਤਾਂ ਮੈਨੂੰ ਲੱਗਦਾ ਹੈ ਚਲੋ ਮੈਂ ਇਹ ਨਾ ਕਿ ਕਿਸੇ ਦੇ ਵਿਰੁੱਧ ਨਹੀਂ ਮੈਂ ਇਮਾਨਦਾਰੀ ਦੇ ਨਾਲ ਗੱਲ ਕਿਉਂਕਿ ਮੇਰੇ ਮਿੱਤਰ ਨੇ ਸਾਰੇ ਦੋਨੇ ਕਲੱਬ ਦੋਨੇ ਗਰੁੱਪਾਂ ਵਾਲੇ ਸੋ ਮੇਰੇ ਮਾਨ 'ਚ ਆ ਕਿ ਜੇ ਉੱਥੋਂ ਅਸੀਂ ਸ਼ੁਰੂਆਤ ਕਰੀਏ ਤਾਂ ਇੰਗਲੈਂਡ 'ਚ ਸਾਡੇ ਲਈ ਸਫ਼ਰ ਬਹੁਤ ਸੌਖਾ ਹੋਏਗਾ ਮੈਂ ਉਹਦਾ ਕਿਸੇ ਦੇ ਪਾਸੇ ਨਹੀਂ ਲੈਂਦਾ ਦੋਨੇ ਪਾਸਿਆਂ ਦੀ ਮੈਂ ਗੱਲ ਕਰਦਾ ਜਿੰਨੇ ਮੈਂਬਰ ਜਿਹੜੇ ਪੈਸੇ ਦਿੰਦੇ ਆ ਜੇ ਉਹ ਇਕੱਠੇ ਹੋ ਜਾਣ ਤਾਂ ਮੇਰਾ ਖਿਆਲ ਕੋਈ ਤਾਕਤ ਨਹੀਂ ਵੀ ਜੇ ਦੋ ਟੂਰਨਾਮੈਂਟ ਹੋ ਜਾਣਗੇ ਜਿਹੜੇ ਜਿੰਨੇ ਵੀ ਮੈਂਬਰ ਪੈਸੇ ਦਿੰਦੇ ਉਹਨਾਂ ਅੱਗੇ ਬੇਨਤੀ ਕਰਦੇ ਉਹ ਕੁਐਸਚਨ ਕਰਨ ਜਿਹੜੇ ਮੂਹਰੇ ਬੰਦੇ ਵੀ ਅਸੀਂ ਪੈਸੇ ਤਾਂ ਦੇਣੇ ਆ ਜੇ ਤੂੰ ਇਕੱਠੇ ਹੋਊਗੇ ਅਤੇ ਇਹ ਇਕੱਠੇ ਹੋ ਸਕਦੇ ਆ ਅਦਰਵਾਈਜ਼ ਜਿੰਨਾ ਚਿਰ ਪੈਸੇ ਦਿੰਦੇ ਹਾਂ ਆਪਾਂ ਫੈਡਰੇਸ਼ਨ ਮੈਂਬਰਸ਼ਿਪ ਦੇਈ ਜਾਂਦੇ ਹਾਂ ਅਤੇ ਕੋਈ ਚਾਂਸ ਨਹੀਂ ਗਾ ਕਿਉਂਕਿ ਗਲਤ ਐਂਡ ਦਾ ਡੇ ਤਾਂ ਪੈਸੇ ਦੇ ਨਾਲ ਹੀ ਮਿਲਣਾ ਹੋਣਾ ਅਤੇ ਇਹ ਮੈਂਬਰ ਵੀ ਥੋੜ੍ਹਾ ਜਿਹਾ ਜਦੋਂ ਪੈਸੇ ਦਿੰਦੇ ਉਹ ਵੀ ਇਹਨਾਂ ਦੇ ਉੱਤੇ ਪ੍ਰੈਸ਼ਰ ਪਾਉਣ ਵੀ ਜੇ ਮੇਲਾ ਕਰਾਉਣਾ ਇੱਕ ਕਰੋ ਕਿਉਂਕਿ ਗੁਰੂ ਦਾ ਘਰ ਆ ਗੁਰੂ ਘਰ ਦੇ ਬਾਬੇ ਦੇ ਨਾਂ ਨੇ ਬਾਬੇ ਨੇ ਸਾਰਾ ਪਰਿਵਾਰ ਵਾਰਤਾ ਉੱਥੇ ਕਾਹਤੋਂ ਆਪਣੀ ਮਹਿਮੇ ਕਰਨੀ ਮੁਖਤਿਆਰੀ ਜੇ ਛੱਡ ਦਈਏ ਕਿਉਂਕਿ ਉੱਥੇ ਤਾਂ ਕਿਉਂਕਿ ਉੱਥੇ ਤਾਂ ਏਕਤਾ ਦਾ ਉਹ ਸਿਖਾਉਂਦੇ ਆ ਸਾਨੂੰ ਗੁਰੂ ਸਾਹਿਬ ਵੀ ਸਭ ਸਿੱਖੋ ਕੇ ਹੁਕਮ ਹੈ ਗੁਰੂ ਮਾਣਿਓ ਗ੍ਰੰਥ ਉੱਥੇ ਤਾਂ ਸਾਨੂੰ ਸਾਰਾ ਕੁਝ ਭੁੱਲਣਾ ਚਾਹੀਦਾ ਅਸੀਂ ਫਿਰ ਉੱਥੇ ਜਾ ਕੇ ਉੱਥੇ ਵੀ ਕਿੰਤੂ ਪ੍ਰੰਤੂ ਐਤਕੀ ਵੀ ਹੋਈ ਐਤਕੀ ਵੀ ਵਟਸਐਪ 'ਤੇ ਬਹੁਤ ਇਹਨਾਂ ਦਾ ਉਸ ਵਿੱਚ ਬਹਿਸ ਵਧਾਈ ਆ ਚਲੋ ਇੱਕ ਦੂਜੇ ਨੂੰ ਚੰਗਾ ਮੰਦਾ ਵੀ ਬੋਲੇ ਪਰ ਇਹ ਗੱਲਾਂ ਸੋਭਾ ਨਹੀਂ ਦਿੰਦੀਆਂ ਇੱਕ ਇੰਨਾ ਅਸੀਂ ਪੈਸਾ ਖਰਚ ਕੇ ਅਸੀਂ ਕੀ ਗਾਂਹ ਬੱਚਿਆਂ ਨੂੰ ਕੀ ਅਸੀਂ ਸਿਖਾਲਾਂਗੇ ਵੀ ਅਸੀਂ ਟੂਰਨਾਮੈਂਟ ਕਾਹਦੇ ਲਈ ਕਰਾਉਂਦੇ ਹਾਂ ਪਿੰਡਾਂ ਦੇ ਵਿੱਚ ਆਪਾਂ ਟੂਰਨਾਮੈਂਟ ਕਰਾਉਂਦੇ ਜਾਂ ਕੋਈ ਵੱਡੇ ਲੈਵਲ ਕਿਸੇ ਤਰ੍ਹਾਂ ਦਾ ਵੀ ਆ ਜੇ ਸਾਡੇ ਕੋਲ ਟੂਰਨਾਮੈਂਟ ਹੁੰਦਾ ਸਾਡਾ ਫਰਜ਼ ਇਹ ਆ ਪਹਿਲਾਂ ਅਸੀਂ ਦੋਨੇ ਕਲੱਬਾਂ ਇਕੱਠੇ ਹੋਈਏ ਅਸੀਂ ਆਪਸ ਵਿੱਚ ਸਾਡਾ ਇਕੱਠ ਹੋਣਾ ਚਾਹੀਦਾ ਫਿਰ ਹੀ ਅਸੀਂ ਲੋਕਾਂ ਨੂੰ ਕੁਝ ਦੱਸ ਸਕਾਂਗੇ ਵੀ ਅਸੀਂ ਕੀ ਕਰਦੇ ਹਾਂ ਘਰ ਇਕੱਠੇ ਅਤੇ ਫਿਰ ਆਪਾਂ ਬਿਲਕੁਲ ਭਾਅ ਜੀ ਗੱਲ ਜ਼ਰੂਰ ਤੁਹਾਨੂੰ ਮੈਂ ਜਾਣਨਾ ਚਾਹਾਂਗਾ ਕਬੱਡੀ ਖੇਡੀ ਹੈ ਆਪਣਾ ਪਰਿਵਾਰ ਆਪਣੇ ਬੱਚੇ ਕਿਉਂ ਨੇ ਗੇਮ 'ਚ ਪਾਏ ਜਾਂ ਪਾਏ ਨੇ ਬੱਚੇ ਨੇ ਮੁੰਡੇ ਦੀ ਮੈਂ ਟਰਾਈ ਤਾਂ ਬਹੁਤ ਕਰਦਾ ਐਕਸਰਸਾਈਜ਼ ਕਰਦਾ ਪਰ ਕਬੱਡੀ ਵੱਲ ਉਹਦਾ ਕੋਈ ਐਡਾ ਇੰਟਰਸਟ ਨਹੀਂ ਗਾ ਉਹਦਾ ਮਿਹਨਤ ਮੈਂ ਕਰਾਉਂਦਾ ਹਜੇ 17ਵੇਂ ਸਾਲ 'ਚ ਆ ਐਕਸਰਸਾਈਜ਼ ਪੂਰੀ ਕਰਦਾ ਜਿਮ ਦੇ ਵਿੱਚ ਮੇਰੇ ਨਾਲ ਜਾਂਦਾ ਹੁੰਦਾ 2 ਸਾਲ ਹੋ ਗਿਆ ਅਤੇ ਹੋ ਸਕਦਾ ਚਲੋ ਆਉਣ ਵਾਲੇ ਸਾਲਾਂ ਦੇ ਵਿੱਚ ਟਰਾਈ ਵੀ ਕਰਾਵਾਂਗੇ ਅਤੇ ਜੇ ਹੋ ਸਕਦਾ ਇੱਕ ਐਜ਼ ਏ ਪਲੇਅਰ ਕੀ ਸੋਚਦੇ ਹੋ ਕਿ ਗੇਮ ਜ਼ਿਆਦਾ ਜ਼ਰੂਰੀ ਹੈ ਕਿ ਲਿਮਿਟਦਾਰੀ ਜ਼ਿਆਦਾ ਜ਼ਰੂਰੀ ਹੈ ਗੇਮ ਜ਼ਿਆਦਾ ਜ਼ਰੂਰੀ ਆ ਦੇਖੋ ਸਾਨੂੰ ਮੈਨੂੰ ਤਾਂ ਸਦਾ ਖੇਡਣ ਦਾ ਹੀ ਸ਼ੌਂਕ ਰਿਹਾ ਅਤੇ ਖੇਡਦੇ ਵੀ ਮੇਰਾ ਖਿਆਲ 45 ਸਾਲ ਤੱਕ ਲੱਤਾਂ ਟੁੱਟੀਆਂ ਅਤੇ ਵੀ ਲੱਕ ਟੁੱਟੇ ਅਤੇ ਵੀ ਅਸੀਂ ਐਂਡ ਤੱਕ ਖੇਡਦੇ ਰਹੇ ਹਾਂ ਬਹੁਤ ਸਾਲ ਜਦੋਂ ਟੀਮ ਵੀ ਬਣਾਉਂਦੇ ਰਹੇ ਹਾਂ ਉਦੋਂ ਵੀ ਖੇਡਦੇ ਰਹੇ ਹਾਂ ਚੰਗਾ ਖੇਡੀਏ ਜਾਂ ਮਾੜਾ ਖੇਡੀਏ ਅਤੇ ਮੈਂ ਦੇਖਿਆ ਤੁਹਾਨੂੰ ਹਾਂਜੀ ਹਾਂਜੀ ਮੇਰਾ ਖਿਆਲ 45 ਸਾਲ ਜਦੋਂ ਸੌਖਮਣ ਨਹੀਂ ਉਦੋਂ ਮੈਂ 45 ਸਾਲ ਦਾ ਸੀ 2010 'ਚ ਅਤੇ ਉਸ ਸਾਲ ਵੀ ਮੈਂ ਬਹੁਤ ਮੈਚ ਖੇਡਿਆ ਜੱਫੇ ਵੀ ਲਾਏ ਜੱਫੇ ਵੀ ਇੱਦਾਂ ਨਹੀਂ ਵੀ ਦੋ ਇੱਕ ਦੋ ਜੱਫੇ ਵੀ ਲਾਉਂਦੇ ਰਹੇ ਹਾਂ
हाँ नाले साफ सुथरी कबड्डी कोई लास्ट में चतुर्सी की कहना चाहते हैं जड़े तानु लोग देख रहे हैं। हाँ जी मैं सब तो बैठा था अपने मोर साहब का चलो हूँ साढ़े बच्चे नहीं रहे बहुत धन्यवाद वा जिन्ह की बदौलते असी मैं राजन चलो साढ़े परिवारों को बहुत बड़ी देन वा दी तो साढ़े असी उन्होंने बच्चे हाँ सब तो गलतियां भी हुई तो उन्हें सानू माफ भी किया तो यही है भी चलो हम अपने मोर साहब की आत्मा परमात्मा अपने चरणों में निवास दे बस यही कह सकते हैं बहुत बड़ी शख्सियत सी उस बंदे नूं मिलियन लोग जानते हैं जिन्हां नूं अंकल मौड़ मेरा ख्याल बहुत घट लोगों नूं पर्सनली जानते होने पर अंकल मौड़ साहब नूं मिलियन लोग जानते हैं उन्हां दे नाम तों धन्यवाद डॉक्टर पत्थर साहब लास्ट में की कहना चाहते बाकी मैं थोड़ी गल कह देवां सोशल मीडिया का जमाना हो गया हरेक ने अपनी प्रोफाइल बना ली फेसबुक बना ली तो फॉलोअर बढ़ा ले ने अपनी पोस्टा पा पा के कमेंटेटरां नूं पैसे दे के बेशक कबड्डी दे विच कपड़े भी नहीं लाए तो कमेंटेटर जिहड़े ने जफ्फा भी लवा देंगे ने रेड भी पवा देंगे बड़ी मैं सुनिया अमशा तुहानू भी पता होवे तो दूजी गल मैं कहांगा महेंद्र सिंह मौड़ होना ने उस समय दे विच अपना नाम बनाया जिस वेले सोशल मीडिया का ना तक नहीं सी मोबाइल फोन होंदे नहीं सन गूगल नहीं होंदी सी ते यूट्यूब ते कबड्डी दे जिहड़ियां जिहड़ियां वैबसाइटा कुछ भी नहीं होंगे सन ता करके अज असीं उस शख्सियत बारे गल करें पत्थर साहब की कहना चाहते लास्ट में माइक थोड़ा उपर कर लो कहना यही कहना चाहना बहादुर भाजी ने कहा भी जे वह बंदा अज मिलियनेर होंदा तो जे वह बंदा मिलियनेर होंदा तो अज उहनूं महेंद्र मौड़ भी ना कोई कहिंदा पैसा कोई अहमियत है नहीं ना जी ना लोग बहुत पैसे वाले इत्थे बैठे आ किसी का नाँ नहीं गा तो हले बाबा बोड़ भी महेंद्र मौड़ साहब नूं कह रहे जी कबड्डी का कबड्डी के खेत्र च उहदे नाल दा बंदा ना जमना तो ना जमूगा जी जिनी को सपोर्ट कबड्डी नूं कर रहा है जी तो हाथ यही बेनती है जी गुरु महाराज च अपने चरणा च नवास बख्शन उहदी फैमिली नूं गुरु का भाणा मन लई बख्श बल बख्शन जी बहुत बहुत धन्यवाद मुंडे भाजी क्योंकि अपने को लास्ट एक कमेंट है तुहाडा हाँ जी की कहना चाहते हो तुसीं कई बार मेरे को शब्द नहीं पुछे जाते मेरे को इदां दा सवाल जो हुंदा ना प्रोग्राम इत्ते ना बड़ा हिसाब किताब दे नाल उहनां दा जीवन बारे मैं ना कुछ शब्द इदा अपने मूँह चो कह दा कि जिहड़ी मैनू मुड़ के पछतावा होवे सो आपां भी लिमिटेड जिहा गल कीती कि साडी एक याद मेरे मन च आया कि मैं उन्होंने याद के टीवी के जिन्हें देखने वाले ने साडी ड्यूटी बनती एज ए मीडिया भी ए सुख में तो आप सारे बहुत बैठते हैं जफ्फियां भी पाने हैं प्यार भी करते हैं पर जो आ समा साडा परिवार जिहड़े सानू लोग देख रहे हैं शायद ना किसी को पता हो तो सानू जीवन बारे अज असी थोड़ा जानने की कोशिश की यह सी मेरा मेन मकसद प्रोग्राम करना की कहना चाहते लास्ट में बाकी जो आप ना गल करते जो कबड्डी स्टार्ट की 65 इतने प्यारा सिंह उपल हों कांग्रेस का लीडर वो नाल हों धुरा बाले का मामा फिर अपने क्वांटरी तो सोहन चीमा सौ साल तो टीम बहुत तकड़िया ग्रेवियन की टीम बड़ी तकड़ी सी राइट उस वेले साड़ी भी टीम बोला हंट तकड़ी मैं तो गल्ला सुनिया दूजी गल है कि अज टोरंटो कप बड़ी मशहूरी है टोरंटो कप की टोरंटो वाले भी जे उन्होंने कप कामयाब किया महेंद्र सिंह मौड़ ने किया कि उन्होंने बहादुर नूं भी पता है कि उन्होंने ऐलान किया कि जो भी मौड़ साहब तू आना हो साडी वालों टिकट तेरी फ्री हो पहला तो ही हाँ जी मैं नाल जांदा रहा मौड़ साहब दे नाल कप ते जिन्ना सत्कार बाहर है मौड़ साहब दा इत्थे नालों भी ज्यादा बाहरलियां कंट्रियां कदे भी चल जाओ इंग्लैंड छोटा है ते मैनूं लगदा कबड्डी एक जिथे प्रेम है उत्थे नफरत दा कारण भी बन गई आपस विच के मैनूं इत्थे तक लगदा कि थोड़ा सानूं इह प्रॉब्लम हैगी है फ्रेम दी भी अपना फेम चाहुंदे असीं उहदे विच कई वार असीं उह रियलिटी नूं छड्ड के ते असीं उहदे तों बगैर दूसरबाजी कर लग जाने हाँ जी शोहरत की गल मैं एक माड़ी जी थोड़े दसनी चाहता भी जिदा बंदा शोहरत अपने लिए हट भज करता टैलीफोन टूरनामेंट सगा टैलीफोन टूरनामेंट से मौड़ साहब गोल्ड मैडल ना सम्मान करना सी जो मैच मुका मैं गल यू तकरीबन होए गए होने जी ये 2002-03 के गेड़ी होनी है अच्छा हूँ गोल्ड मैडल के नाल सम्मानित करना से जो मैच मुकदा सी मौड़ साहब का यह हों मैच मुका हूँ चलो जी बाहर शुगल मेला करिए अपना गड्डिया को गप शप मारने इधर नू आ जाना वो अनाउंस करी जा रहा है बार बार अरे लैंड ना जाना ते उन्होंने मैनू कहा कि अंकल कितने गया मौड़ साहब मैं आया जब गड्डी के कोल आके मैं क्या अंकल जी थोड़ा बुलाते उधर गोल्ड मैडल वो बाद आपे फड़ ले जाके मैं नहीं जाना आ सी बंद अजकल कोलों दे के गोल्ड मैडल लोग सम्मानित करवाते अपना
ਕੋਲੋਂ ਗੱਡੀਆਂ ਮੋਟਰਸਾਈਕਲ ਦੇ ਦੇ ਕੇ ਸਨਮਾਨਿਤ ਕਰਾ ਰਹੇ ਆਪਣੇ ਹਾਂਜੀ ਕਬੱਡੀ ਚ ਤੇ ਇੱਥੇ ਜਿਹੜੇ ਕੋਮੋਟੇਟਰ ਵੀ ਆ ਉਹ ਵੀ ਕਹਿੰਦੇ ਕਿ ਸਾਨੂੰ ਅੱਜ ਆਹ ਲੈ ਲਓ ਜੀ ਗੋਲਡ ਮੈਡਲ ਤੇ ਮੈਨੂੰ ਉੱਥੇ ਸਨਮਾਨਿਤ ਕਰ ਦਿਓ ਬਹੁਤ ਕੁਛ ਹੋ ਰਿਹਾ ਫਰੇਮ ਲੈਣ ਝੂਠਾ ਫਰੇਮ ਇਹ ਮੌੜ ਸਾਹਿਬ ਦੀ ਅਕਸ਼ਕਸ਼ੀ ਸੀਗੀ ਤੇ ਨਾ ਉਹਦੇ ਅਰਗਾ ਹੋਇਆ ਮੈਂ ਵਾਰ ਵਾਰ ਕਹਿੰਦਾ ਇਹ ਗੱਲ ਸਾਊਥ ਹਲ ਟੂਰਨਾਮੈਂਟ 'ਤੇ ਵੀ ਮੌੜ ਸਾਹਿਬ ਇੱਥੇ ਇਸੇ ਤਰ੍ਹਾਂ ਲੈਣ 'ਤੇ ਬੈਠੇ ਸੀ ਮੈਂ ਵੀ ਉੱਥੇ ਸੀ ਨਾਲ ਬੈਠਾ ਚੇਤੇ ਤਾਂ ਗੁਰਜੀਤ ਸਿੰਘ ਰਾਣਾ ਜਿਹੜਾ ਕਪੂਰਥਲੇ ਦਾ MLA ਆ ਉਹ ਸਟੇਜ ਤੋਂ ਕਿਤੇ ਮੌੜ ਸਾਹਿਬ ਦੀ ਨਿਗਾਹ ਪੈ ਗਈ ਮੌੜ ਉਹਨਾਂ ਦੀ ਨਿਗਾਹ ਪੈ ਗਈ ਮੌੜ ਸਾਹਿਬ 'ਤੇ ਉਹਨਾਂ ਨੇ ਉਹਨਾਂ ਨੂੰ ਅਨਾਊਂਸ ਕੀਤਾ ਕਿ ਮੌੜ ਸਾਹਿਬ ਤੁਸੀਂ ਇੱਧਰ ਬੈਠੇ ਹੋ ਸਟੇਜ 'ਤੇ ਆਓ ਮੌੜ ਸਾਹਿਬ ਕਹਿੰਦਾ ਮੈਂ ਮੈਚ ਦੇਖਣੇ ਆ ਉੱਠ ਕੇ ਨਹੀਂ ਗਏ ਤਾਂ ਗੁਰਜੀਤ ਰਾਣਾ ਚੱਲ ਕੇ ਆਇਆ ਸੀ ਮੌੜ ਸਾਹਿਬ ਦੇ ਕੋਲ ਆਪ ਮਿਲਣ ਆਇਆ ਸੀ ਉਹਨਾਂ ਦੀਆਂ ਬਹੁਤ ਜ਼ਿਆਦਾ ਕਰਾਂਗੇ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਉਹਨਾਂ ਨੂੰ ਵੀ ਤਿਆਰ ਮੇਰੀ ਤਾਂ ਆਪਣਾ ਤਾਂ ਮਹਾਰਾਜ ਦੇ ਚਰਨਾਂ 'ਚ ਇੱਕ ਅਰਦਾਸ ਹੀ ਕਰ ਸਕਦੇ ਹੁਣ ਕਿ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਅਤੇ ਜਿੰਨੇ ਵੀ ਉਹਨਾਂ ਨੂੰ ਚਾਹੁਣ ਵਾਲੇ ਆ ਉਹਨਾਂ ਦੇ ਪ੍ਰੇਮੀ ਆ ਉਹਨਾਂ ਦਾ ਪਰਿਵਾਰ ਹੈ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਬਿਲਕੁਲ ਜੀ KTB ਨੇ ਇੱਕ ਕੋਸ਼ਿਸ਼ ਕੀਤੀ ਹੈ ਮੇਰੇ ਵੀਰ ਜਿਹੜੇ ਪਿਆਰ ਕਰਨ ਵਾਲੇ ਖਾਸ ਕਰਕੇ ਅਸੀਂ ਸੋਸ਼ਲ ਡਿਸਟੈਂਸ ਦਾ ਵੀ ਖਿਆਲ ਰੱਖਿਆ ਬੁਲਵਿੰਗਟਨ ਤੋਂ ਸਾਡੇ ਸਾਰੇ ਵੀਰ ਚੱਲ ਕੇ ਆਏ ਨੇ ਬਰਮਿੰਗਮ ਤੋਂ ਆਏ ਨੇ ਜਿੰਨੇ ਵੀ ਆ ਸਾਰਿਆਂ ਨੂੰ ਤੁਸੀਂ ਜਾਣਦੇ ਹੋ ਅੱਜ ਦਾ ਜਿਹੜਾ ਪ੍ਰੋਗਰਾਮ ਸਾਡੀ ਇੱਕ ਛੋਟੀ ਜਿਹੀ ਇੱਕ ਪੇਸ਼ਕਸ਼ ਸੀ ਉਸ ਕਬੱਡੀ ਦੇ ਵੱਡੇ ਬਾਬਾ ਨੂੰ ਬਾਬੇ ਨੂੰ ਜਿਹਨੇ ਆਪਣਾ ਸਮਾਂ ਜਿਹੜਾ ਆਪਣੀ ਜ਼ਿੰਦਗੀ ਆਪਣਾ ਕਾਰੋਬਾਰ ਆਪਣਾ ਘਰ ਬਾਰ ਸਿਰਫ ਕਬੱਡੀ ਨੂੰ 'ਤੇ ਹੀ ਲਾ ਦਿੱਤਾ ਅਤੇ ਫਿਰ ਵੀ ਇੰਨਾ ਕੁਛ ਲਾ ਕੇ ਪਿੱਛੇ ਬੈਠ ਕੇ ਇੱਕ ਕੁਰਸੀ 'ਤੇ ਮੈਚ ਦੇਖੇ ਨੇ ਇਹ ਨਹੀਂ ਕਿ ਸਭ ਤੋਂ ਪਹਿਲਾਂ ਮੇਰਾ ਨਾਂ ਹੋਣਾ ਚਾਹੀਦਾ ਅਤੇ ਮੇਰੇ ਹਿਸਾਬ ਨਾਲ ਪਰ ਉਹਨਾਂ ਦਾ ਨਾਂ ਜਿਉਂਦਾ ਰਹੇਗਾ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਚੰਗੇ ਕੰਮ ਕਰੀਏ ਅਸੀਂ ਕੁਛ ਐਸਾ ਬੀਜ ਕੇ ਜਾਈਏ ਸਾਨੂੰ ਰਹਿੰਦੀ ਦੁਨੀਆਂ ਦੇ ਵਿੱਚ ਲੋਕ ਯਾਦ ਕਰਨ ਅਤੇ ਸਾਨੂੰ ਇਸ ਤੋਂ ਸਿੱਖਿਆ ਵੀ ਲੈਣੀ ਚਾਹੀਦੀ ਹੈ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ ਉਹਨਾਂ ਦੀ ਰੂਹ ਨੂੰ ਜਿਹੜਾ ਸ਼ਾਂਤੀ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਜਿਹੜੇ ਪਿਆਰ ਕਰਨ ਵਾਲੇ ਨੇ ਬਹਾਦਰ ਭਾਈ ਸਾਹਿਬ ਨੂੰ ਕਹਿੰਦੇ ਕਿ ਉਹਨਾਂ ਨੂੰ ਵੀ ਭਾਣਾ ਮੰਨਣ ਦਾ ਬਲ ਬਖਸ਼ਣ ਤੁਹਾਡਾ ਵੀ ਧੰਨਵਾਦ ਜੀ ਭੁੱਲਾਂ ਚੁੱਕਾਂ ਦੀ ਮਾਫ਼ੀ ਸਾਨੂੰ ਦਿਓ ਇਜਾਜ਼ਤ ਕੀ ਵਿੱਚ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ